ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਹਰਗੋਬਿੰਦ ਚੰਦ ਜੀ ਪਿਰਹਿ ਬਦੀ ਚੰਦ ਪਾਏ, ਬਹੁ ਉਦਾਸ ਉਰ ਮਹਿ ਰਹਿ ਭੇਵ ਨ ਕਛੂ ਜਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ, ਬਹੁਤ ਹੀ ਵੱਡੇ ਭਾਗਾਂ ਵਾਲੇ ਹੋ। ਆਪ ਜੀ ਨੇ ਪਿਛਲੇ ਪ੍ਰਕਰਣਾਂ ਵਿੱਚ ਕਥਾ ਸਰਵਣ ਕੀਤੀ। ਬਾਬਾ ਬਿਧੀ ਚੰਦ ਸਾਹਿਬ ਜੀ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਜੀ ਦੀ ਆਗਿਆ ਲੈ ਕੇ ਦਿਓ ਨਗਰ ਚਲੇ ਗਏ, ਜਿੱਥੇ ਸੰਤ ਸੁੰਦਰ ਸ਼ਾਹ ਜੀ ਇੱਕ ਫਕੀਰ ਬਹੁਤ ਪਹੁੰਚੇ ਹੋਏ ਸਨ। ਉਹਨਾਂ ਨਾਲ ਬਾਬਾ ਬਿਧੀ ਚੰਦ ਜੀ ਦਾ ਵਾਅਦਾ ਸੀ ਵੀ ਆਪਾਂ ਇਕੱਠੇ ਹੀ ਸਰੀਰ ਛੱਡਾਂਗੇ। ਸੋ ਆਪਣਾ ਅੰਤ ਸਮਾਂ ਜਾਣ ਕੇ ਅਯੁੱਧਿਆ ਦੇ ਲਾਗੇ ਦਿਓ ਨਗਰ ਹੈ, ਉੱਥੇ ਪਹੁੰਚ ਕੇ ਬਾਬਾ ਬਿਧੀ ਚੰਦ ਜੀ ਅਤੇ ਬਾਬਾ ਸੁੰਦਰ ਸ਼ਾਹ ਜੀ ਇਕੱਠੇ ਹੀ ਚੋਲਾ ਛੱਡ ਗਏ। ਸੇਵਕਾਂ ਨੇ ਬਾਬਾ ਸੁੰਦਰ ਸ਼ਾਹ ਜੀ ਦੀ ਕਬਰ ਬਣਾਈ, ਕਿਉਂਕਿ ਉਹ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਸਨ। ਉਹਨਾਂ ਦੀ ਮਰਿਆਦਾ ਉਹ ਸੀ, ਬਾਹਰੀ ਮਰਿਆਦਾ ਮੁਸਲਮਾਨਾਂ ਦੀ ਹੋਵੇ, ਹਿੰਦੂਆਂ ਦੀ ਹੋਵੇ, ਸਿੱਖਾਂ ਦੀ ਹੋਵੇ, ਅੰਦਰਲੀ ਗੱਲ ਸਾਧੂਆਂ ਦੀ ਇੱਕੋ ਹੀ ਹੁੰਦੀ ਹੈ। ਅੰਦਰੋਂ ਸਾਧੂ ਮਹਾਂਪੁਰਸ਼ ਬ੍ਰਹਮ ਗਿਆਨੀ ਇੱਕੋ ਟਿਕਾਣੇ 'ਤੇ ਪਹੁੰਚਦੇ ਆ, ਜੋ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਦਾ ਹੈ। ਬਾਹਰੋਂ ਭਾਵੇਂ ਕਿਸੇ ਰੂਪ ਵਿੱਚ ਕਿਸੇ ਭੇਸ ਵਿੱਚ ਫਿਰਦੇ ਹੋਣ, ਐਸੇ ਤੱਤ ਬੇਤੇ ਮਹਾਂਪੁਰਸ਼ ਬਾਬਾ ਬਿਧੀ ਚੰਦ ਸਾਹਿਬ ਜੀ ਸੱਚਖੰਡ ਗਮਨ ਕਰ ਗਏ ਹਨ। ਆਪਣੇ ਪੁੱਤਰ ਬਾਬਾ ਲਾਲ ਚੰਦ ਜੀ ਨੂੰ ਮਹਾਰਾਜ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰ ਕਰਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਵੀ ਮੇਰੇ ਤੋਂ ਬਾਅਦ ਮੇਰੇ ਪੁੱਤਰ 'ਤੇ ਹੱਥ ਰੱਖਣਾ, ਇਹਨੂੰ ਸਿੱਖੀ ਦੀ ਦਾਤ ਦੇਣੀ, ਸੇਵਾ 'ਚ ਲਾਈ ਰੱਖਣਾ। ਅਤੇ ਮਹਾਰਾਜ ਬਾਬਾ ਲਾਲ ਚੰਦ ਜੀ ਨੂੰ ਗੁਰੂ ਘਰ ਦੀ ਜ਼ਿੰਮੇਵਾਰੀ ਸਾਰੀ ਬਖਸ਼ੀ ਹੈ। ਅੱਗੇ ਕਥਾ ਪ੍ਰੇਮ ਨਾਲ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਧਰ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਹਰਗੋਬਿੰਦ ਚੰਦ ਜੀ। ਮਹਾਰਾਜ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਬਿਰਹਿ ਬਦੀ ਚੰਦ ਪਾਏ, ਬਾਬੇ ਬਿਧੀ ਚੰਦ ਜੀ ਦਾ ਵਿਛੋੜਾ ਪਾ ਕੇ, ਕਿਉਂਕਿ ਜਿਹਨਾਂ ਗੁਰਸਿੱਖਾਂ ਨਾਲ ਪਿਆਰ ਹੋਵੇ ਉਹਨਾਂ ਦਾ ਵਿਛੋੜਾ ਪੈਣਾ ਵੀ ਬੜਾ ਦੁਖਦਾਈ ਹੁੰਦਾ, ਅਸਹਿ ਹੁੰਦਾ ਹੈ। ਸਤਿਗੁਰੂ ਜੀ ਹੁਣ ਬਹੁਤੇ ਉਪਰਾਮ ਰਹਿੰਦੇ ਹਨ, ਆਪਣੇ ਆਨੰਦ ਵਿੱਚ ਰਹਿੰਦੇ ਹਨ, ਮਨ ਦੇ ਵਿੱਚ ਬਾਬਾ ਬਿਧੀ ਚੰਦ ਜੀ ਦੀ ਯਾਦ ਉਸ ਨੂੰ ਭੁਲਾ ਨਹੀਂ ਸਕਦੇ, ਔਰ ਆਪਣਾ ਭੇਦ ਕਿਸੇ ਨੂੰ ਦੱਸਦੇ ਨਹੀਂ, ਆਪਣੇ ਆਨੰਦ ਵਿੱਚ ਰਹਿੰਦੇ ਹਨ। ਲਾਲ ਚੰਦ ਕੋ ਰੱਖੈ ਪਾਸਾ, ਲਾਲ ਚੰਦ ਨੂੰ ਹੁਣ ਕੋਲ ਰੱਖਦੇ ਹਨ ਮਹਾਰਾਜ ਜੀ। ਬਹੁ ਪਾਤਨ ਤੇ ਦੇਤ ਦਿਲਾਸਾ, ਤੇ ਬਾਬੇ ਲਾਲ ਚੰਦ ਨੂੰ ਦਿਲਾਸਾ ਦਿੰਦੇ ਹਨ ਕਿ ਲਾਲ ਚੰਦ ਜੀ ਤੁਹਾਡੇ ਪਿਤਾ ਜੀ ਸੱਚਖੰਡ ਗਏ ਹਨ। ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਵਾਪਰੇ, ਜੋ ਹਟੈ ਹਟ ਬਿਕਾਏ। ਸੰਤ ਮਹਾਂਪੁਰਸ਼ ਦੇ ਆਪਣੇ ਘਰ ਜਾਂਦੇ, ਉਹਨਾਂ ਨੂੰ ਕੀ ਰੋਣਾ। ਬਾਬਾ ਜੀ
ਲਾਲ ਚੰਦ ਜੀ ਨੂੰ ਮਹਾਰਾਜ ਇਸ ਤਰ੍ਹਾਂ ਦੇ ਦਿਲਾਸੇ ਦਿੰਦੇ ਰਹਿੰਦੇ ਹਨ। ਵਿਧੀ ਚੰਦ ਪਾਛੇ ਦਸਤਾਰ, ਬਾਬਾ ਵਿਧੀ ਚੰਦ ਜੀ ਤੋਂ ਬਾਅਦ ਜਿਹੜੀ ਦਸਤਾਰ ਬੰਦੀ ਦੀ ਰਸਮ ਸੀ, ਬੰਦਵਾਈ ਮ੍ਰਿਤ ਬਾਕ ਉਚਾਰ, ਉਹ ਮਹਾਰਾਜ ਨੇ ਪੂਰੀ ਕੀਤੀ। ਬਾਬਾ ਵਿਧੀ ਚੰਦ ਦੇ ਪੁੱਤਰ ਬਾਬਾ ਲਾਲ ਚੰਦ ਨੂੰ ਦਸਤਾਰ ਬਣਵਾਈ ਹੈ। ਉਸੇ ਤਰ੍ਹਾਂ ਹੀ ਵਡਿਆਈ ਜਿਵੇਂ ਬਾਬਾ ਵਿਧੀ ਚੰਦ ਦੀ ਗੁਰੂ ਘਰ ਦੇ ਵਿੱਚ ਪੁਜੀਸ਼ਨ ਸੀ, ਉਸੇ ਤਰ੍ਹਾਂ ਉਹਨਾਂ ਦੇ ਪੁੱਤਰ ਬਾਬਾ ਲਾਲ ਚੰਦ ਜੀ ਨੂੰ ਵੀ ਬਖਸ਼ਿਸ਼ ਕੀਤੀ ਹੈ। ਬਾਬਾ ਲਾਲ ਚੰਦ ਜੀ ਗੁਰੂ ਸਾਹਿਬ ਤੋਂ ਬਖਸ਼ਿਸ਼ ਲੈ ਕੇ ਬੜੇ ਪ੍ਰਸੰਨ ਹੋਏ ਤੇ ਗੁਰੂ ਘਰ ਦੀ ਸੇਵਾ ਆਪਣੇ ਪਿਤਾ ਦੀ ਤਰ੍ਹਾਂ ਹੀ ਕਰਨ ਲੱਗੇ ਹਨ। ਕਰਨ ਕਾਰ ਪਰ ਤਸਹੀ ਲਾਇਆ ਹੋ, ਜਿਹੜੀ ਜ਼ਿੰਮੇਵਾਰੀਆਂ ਬਾਬਾ ਵਿਧੀ ਚੰਦ ਜੀ ਨਿਭਾਉਂਦੇ ਸਨ ਗੁਰੂ ਘਰ ਦੇ ਪ੍ਰਬੰਧ ਦੀਆਂ, ਉਹ ਬਾਬਾ ਲਾਲ ਚੰਦ ਜੀ ਉਸੇ ਤਰ੍ਹਾਂ ਕਰਨ ਲੱਗੇ ਹਨ। ਵੱਡੇ ਮਸੰਦਨ ਸੰਗ ਮਿਲਾਇਆ, ਜਿਹੜੇ ਗੁਰੂ ਘਰ ਦੇ ਵੱਡੇ ਮੁਖੀ ਮਸੰਦ ਸਨ ਉਹਨਾਂ ਦੇ ਵਿੱਚ ਬਾਬਾ ਲਾਲ ਚੰਦ ਜੀ ਨੂੰ ਮਿਲਾ ਦਿੱਤਾ ਹੈ। ਸਾਰੇ ਮਸੰਦਾਂ ਨੂੰ ਸਮਝਾ ਦਿੱਤਾ ਹੈ ਵੀ ਬਾਬਾ ਲਾਲ ਚੰਦ ਜੀ ਇਹ ਵੱਡੇ ਸਤਿਗੁਰਾਂ ਦੇ ਸਮੇਂ ਬਾਬਾ ਵਿਧੀ ਚੰਦ ਜੀ ਨੇ ਸੇਵਾ ਕੀਤੀ ਹੈ ਗੁਰੂ ਅਰਜਨ ਦੇਵ ਜੀ ਦੀ, ਅਤੇ ਸਾਡੇ ਵੀ ਭਾਣੇ ਵਿੱਚ ਰਹੇ ਹਨ, ਇਹ ਉਹਨਾਂ ਦੇ ਪੁੱਤਰ ਹਨ, ਇਹਨਾਂ ਨੂੰ ਨਾਲ ਲੈ ਕੇ ਤੁਰਨਾ ਹੈ। ਗੁਰੂ ਘਰ ਦਾ ਸਾਰਾ ਪ੍ਰਬੰਧ ਪ੍ਰੇਮ ਦੇ ਨਾਲ ਆਪਸ ਵਿੱਚ ਰਲ ਮਿਲ ਕੇ ਕਰਦੇ ਰਹਿਣਾ ਹੈ। ਇੱਕ ਦਿਵਸ ਸ੍ਰੀ ਹਰਗੋਬਿੰਦ, ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਪਹੁੰਚ ਉਪਵਨ ਪਿਖਨ ਬਿਲੰਦ, ਆਪਣੇ ਬਾਗ ਵਿੱਚ ਗਏ ਹਨ। ਬੜਾ ਸੁੰਦਰ ਬਾਗ ਲਵਾਇਆ ਹੋਇਆ ਸੀ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਕਚਾਲੂ ਸਾਹਿਬ ਹੈ। ਇੱਥੇ ਕਹਿੰਦੇ ਮਹਾਰਾਜ ਨੇ ਬਹੁਤ ਵੱਡਾ ਬਾਗ ਲਵਾਇਆ ਸੀ। ਖਰੇ ਜਹਾਂ ਬਹੁਤ ਅਰਵਰ ਜਾਤੀ, ਇੱਥੇ ਬਹੁਤ ਜਾਤਾਂ ਦੇ ਅਨੇਕ ਪ੍ਰਕਾਰ ਦੇ ਦਰਖਤ ਖੜ੍ਹੇ ਸਨ, ਫਲਦਾਰ ਬੂਟੇ ਸਨ, ਛਾਇਆਦਾਰ ਬੂਟੇ ਸਨ, ਫੁੱਲਾਂ ਵਾਲੇ ਸਨ, ਫਲਾਂ ਵਾਲੇ ਸਨ। ਇਤਨਾ ਸੁੰਦਰ ਬਾਗ ਸ਼ਾਇਦ ਹਿੰਦੁਸਤਾਨ 'ਚ ਕਿਤੇ ਹੋਵੇ ਨਾ। ਇੱਥੇ ਹਰ ਕਿਸਮ ਦੀ ਸਾਧ ਸੰਗਤ ਜੀ ਦਵਾਈ ਔਸ਼ਧੀ ਵੀ ਪੈਦਾ ਹੁੰਦੀ ਸੀ। ਆਵਲੇ, ਹਰੜਾਂ, ਬਹੇੜਾ, ਇੱਦਾਂ ਦੀਆਂ ਕਈ ਚੀਜ਼ਾਂ ਮਹਾਰਾਜ ਸਾਹਿਬ ਜੀ ਦੇ ਬਾਗ ਵਿੱਚ ਇਤਿਹਾਸ ਗਵਾਹ ਹੈ ਵੀ ਉਹ ਬੂਟੇ ਲਾਏ ਹੋਏ ਸਨ, ਜਿਹੜੇ ਹੋਰ ਕਿਤੇ ਨਾ ਮਿਲਣ ਉੱਥੋਂ ਮਿਲ ਜਾਂਦੇ ਸਨ। ਬੜਾ ਸੁੰਦਰ ਬਾਗ, ਬਹੁਤ ਵੱਡਾ ਬਾਗ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਅਤੇ ਬਾਬਾ ਗੁਰਦਿੱਤਾ ਜੀ ਨੇ ਲਵਾਇਆ ਸੀ। ਚੰਪਕ ਰਾਏ ਬੇਲ ਬਹੁ ਭਾਂਤੀ, ਚੰਪਕ, ਚਮੇਲੀ, ਰਾਏ ਬੇਲ ਦੇ ਬੂਟੇ ਲਾਏ ਹੋਏ ਸਨ। ਆੜੂ, ਅਮਰੂਦ, ਤਰ ਅੰਬ, ਆੜੂਆਂ ਦੇ ਬੂਟੇ ਲਾਏ ਹੋਏ ਸਨ, ਅਮਰੂਦਾਂ ਦੇ ਬੂਟੇ ਲਾਏ ਹੋਏ ਸਨ, ਅੰਬਾਂ ਦੇ ਕਈ ਕਿਸਮ, ਅੰਬਾਂ ਦੀਆਂ ਵੀ ਬਹੁਤ ਕਿਸਮਾਂ ਹਨ, ਵੱਖਰੇ ਵੱਖਰੇ ਕਿਸਮ ਦੇ ਅੰਬ ਮਹਾਰਾਜ ਦੇ ਬਾਗ ਦੇ ਵਿੱਚ ਬੂਟੇ ਲਾਏ ਸਨ, ਜਿਹੜੇ ਮੌਸਮ ਦੇ ਅਨੁਸਾਰ ਫਲੀ ਭੂਤ ਹੁੰਦੇ ਸਨ। ਨਿੰਬੂ, ਕਦਲੀ, ਖਰੇ ਕਦੰਬ, ਕਿਤੇ ਨਿੰਬੂ ਸਨ, ਕਿਤੇ ਕੇਲੇ ਸਨ, ਕਿਤੇ ਕਦੰਬ ਦੇ ਬੂਟੇ ਖੜੇ ਸਨ। ਦਾਰਮ ਸੇਓ ਫਰਸੇ ਖਿਰਣੀ, ਤੇ ਸਾਧ ਸੰਗਤ ਜੀ ਦਾਰਮ ਕਹਿੰਦੇ ਅਨਾਰ ਨੂੰ, ਅਨਾਰਾਂ ਦੇ ਬੂਟੇ ਸਨ, ਸੇਬਾਂ ਦੇ ਬੂਟੇ ਸਨ, ਫਾਲਸੇ ਸਨ ਤੇ ਖਿਰਨੀਆਂ ਸਨ। ਇਸ ਤਰ੍ਹਾਂ ਬਹੁਤ ਸੋਹਣੇ ਫਲਦਾਰ ਬੂਟੇ ਗੁਰੂ ਸਾਹਿਬ ਜੀ ਦੇ ਬਾਗ ਵਿੱਚ ਲੱਗੇ ਹੋਏ ਸਨ। ਫੁੱਲਾਂ ਦੀਆਂ ਡਾਲੀਆਂ ਵੀ ਰੰਗ ਰੰਗ ਦੀਆਂ, ਬੜੇ ਬੜੇ ਸੋਹਣੇ ਵੱਖਰੇ ਵੱਖਰੇ ਕਿਸਮ ਦੇ ਸੋਹਣੇ ਫੁੱਲ ਮਾਲੀਆਂ ਨੇ
ਬਗੀਚਿਆਂ ਦੇ ਵਿੱਚ ਲਾਏ ਹੋਏ ਸਨ। ਕਟਹਲ ਬਟਹਲ ਨਾਰੰਗੀ ਸੁੰਦਰ, ਕਟਹਲ ਦੇ ਜਿਹਨੂੰ ਨੂੰ ਕਟਹਲ ਵੀ ਕਹਿ ਦਿੰਦੇ ਹਨ ਤੇ ਬਟਹਲ ਤੇ ਨਾਰੰਗੀਆਂ ਦੇ ਬੂਟੇ ਸਨ। ਇਤਿਆਦਿਕ ਤਰ ਉਪਵਨ ਅੰਦਰ, ਇਸ ਤਰ੍ਹਾਂ ਦੇ ਬਹੁਤ ਸੋਹਣੇ ਬਹੁਤ ਕਿਸਮ ਦੇ ਬੂਟੇ ਭਾਈ ਸੰਤੋਖ ਸਿੰਘ ਜੀ, ਕਿਉਂਕਿ ਜਦੋਂ ਕਿਸੇ ਗੱਲ ਦਾ ਜ਼ਿਕਰ ਕਰਦੇ ਆ ਨਾ ਫਿਰ ਕਸਰ ਨਹੀਂ ਰਹਿਣ ਦਿੰਦੇ, ਜੇ ਦਰਖਤਾਂ ਦਾ ਜ਼ਿਕਰ ਕੀਤਾ ਤਾਂ ਫਿਰ ਪੂਰਾ ਕਰ ਦਿੱਤਾ। ਕਦੀ ਇਹਨਾਂ ਦਾ ਵਰਣਨ ਪੜ੍ਹੀਏ ਹੇਮਕੁੰਟ ਸਾਹਿਬ ਜੀ ਦਾ, ਤਾਂ ਫਿਰ ਉੱਥੇ ਭਾਈ ਸੰਤੋਖ ਸਿੰਘ ਜੀ ਨੇ ਬੂਟਿਆਂ ਦੀਆਂ ਇੰਨੀਆਂ ਜਾਤਾਂ ਗਿਣਾਤੀਆਂ, ਇੰਨੀਆਂ ਗਿਣਾਤੀਆਂ ਵੀ ਉਹ ਸਾਨੂੰ ਅੱਜ ਦੇ ਸਮੇਂ ਉਹਨੇ ਯਾਦ ਕਰਨੀਆਂ ਔਖੀਆਂ ਹਨ। ਉੱਥੇ ਜਿਹੜੀ ਫੁੱਲਾਂ ਦੀ ਘਾਟੀ ਹੈ ਨਾ ਹੇਮਕੁੰਟ ਸਾਹਿਬ ਵੱਲ, ਉਹਦੇ 'ਚ ਜਿਹੜੇ ਫੁੱਲ ਹਨ ਉਹਨਾਂ ਦਾ ਵੀ ਜ਼ਿਕਰ ਕੀਤਾ। ਹਾਲਾਂਕਿ ਸਰੀਰ ਕਰਕੇ ਭਾਈ ਸਾਹਿਬ ਉੱਥੇ ਕਦੀ ਗਏ ਨਹੀਂ, ਕਵੀ ਭਾਈ ਸੰਤੋਖ ਸਿੰਘ ਜੀ ਫਿਰ ਸਰੀਰ ਕਰਕੇ ਹੇਮਕੁੰਟ ਸਾਹਿਬ ਵੱਲ ਉੱਪਰ ਕਦੀ ਨਹੀਂ ਗਏ, ਪਰ ਆਤਮਿਕ ਤੌਰ 'ਤੇ ਆਪਣੀ ਜਿਹੜੀ ਰੂਹਾਨੀ ਉਡਾਰੀ ਸੀ, ਜਿਹੜੇ ਸਾਧੂ ਮਹਾਂਪੁਰਸ਼ ਹੁੰਦੇ ਆ ਉਹਨਾਂ ਦੇ ਕੋਲ ਆਤਮਿਕ ਬਲ ਹੁੰਦਾ ਜਿੱਥੇ ਜਾਣ ਜਾ ਸਕਦੇ, ਉਹ ਸਾਰਾ ਸੀਨ ਇੱਦਾਂ ਦਾ ਬਣਿਆ ਜਿਵੇਂ ਅੱਜ ਆਪਾਂ ਜਾ ਕੇ ਦੇਖਦੇ ਹਾਂ ਨਾ। ਭਾਈ ਸਾਹਿਬ ਨੇ ਅੱਜ ਤੋਂ 200 ਸਾਲ ਪਹਿਲਾਂ ਹੇਮਕੁੰਟ ਸਾਹਿਬ ਦਾ ਵਰਣਨ ਕੀਤਾ ਹੈ। ਅਤੇ ਸਾਧ ਸੰਗਤ ਜੀ, ਜਿਹੜਾ ਭਾਈ ਵੀਰ ਸਿੰਘ ਜੀ ਹੋਰਾਂ ਨੇ ਉਸ ਤੋਂ ਲਗਭਗ 100 ਸਾਲ ਬਾਅਦ ਜਾ ਕੇ ਲੱਭਿਆ, 1936 ਦੇ ਵਿੱਚ ਬਾਬਾ ਮੋਦਨ ਸਿੰਘ ਇੱਕ ਮਹਾਂਪੁਰਸ਼ ਹੋਏ ਫੌਜ ਦੇ ਵਿੱਚ, ਉਹਨਾਂ ਨੇ ਖੋਜ ਕੀਤੀ। ਪਹਿਲਾਂ ਪੰਡਿਤ ਤਾਰਾ ਸਿੰਘ ਜੀ ਨਰੋਤਮ ਜੀ ਨੇ ਵੀ 1884 ਦੇ ਵਿੱਚ ਗੁਰਤੀਰਥ ਸੰਗ੍ਰਹਿ ਨਾਮ ਦੀ ਇੱਕ ਪੁਸਤਕ ਲਿਖੀ ਸੀ ਅਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਉਸ ਜਗ੍ਹਾ ਦਾ। ਬਾਬਾ ਮੋਦਨ ਸਿੰਘ ਜੀ ਉਸ ਨਿਸ਼ਾਨੀਆਂ ਦੇ ਤਹਿਤ ਉੱਥੇ ਪਹੁੰਚੇ ਸਨ ਅਤੇ ਫਿਰ ਭਾਈ ਵੀਰ ਸਿੰਘ ਜੀ ਨੂੰ ਉੱਥੇ ਲੈ ਕੇ ਗਏ। ਹੁਣ ਤਾਂ ਹਜ਼ਾਰਾਂ ਸੰਗਤਾਂ ਹੇਮਕੁੰਟ ਸਾਹਿਬ ਜਾਂਦੀਆਂ ਨੇ, ਦਰਸ਼ਨ ਕਰਦੀਆਂ ਨੇ, ਸਹੂਲਤਾਂ ਵੀ ਬੜੀਆਂ ਨੇ, ਕਮਰੇ ਵੀ ਮਿਲ ਜਾਂਦੇ ਹੈ, ਲੰਗਰ ਪਾਣੀ ਦਾ ਵੀ ਬੰਦੋਬਸਤ ਬਹੁਤ ਵਧੀਆ ਹੈ। ਪਰ ਉਸ ਜ਼ਮਾਨੇ ਵਿੱਚ ਇੱਕ ਭਾਈ ਰੰਗਾ ਸਿੰਘ ਪਹਾੜੀਆ, ਉਹ ਕਹਿੰਦਾ ਹੁੰਦਾ ਸੀ ਮੈਂ ਪਹਿਲਾ ਗ੍ਰੰਥੀ ਹੂੰ ਹੇਮਕੁੰਟ ਸਾਹਿਬ ਕਾ, ਦਾੜੀ ਕੇਸ ਕੱਟਦਾ ਸੀ, ਟੋਪੀ ਪਾਉਂਦਾ ਸੀ। ਉਹਨੇ ਮੈਨੂੰ 2-3 ਵਾਰੀ, ਅਸੀਂ ਹੇਮਕੁੰਟ ਸਾਹਿਬ ਜਾਂਦੇ ਕੁਦਰਤੀ ਉਹਨਾਂ ਦਾ ਮੇਲ ਹੋ ਜਾਂਦਾ ਸੀ। ਉਹਨੇ ਦੱਸਿਆ ਵੀ ਮੈਂ ਛੋਟਾ ਜਿਹਾ ਸੀ, ਮੇਰਾ ਪਿਤਾ ਅਤੇ ਮੈਂ ਦੋਵੇਂ ਭਾਈ ਵੀਰ ਸਿੰਘ ਦੀ ਬਾਂਹ ਫੜ ਕੇ ਬੜੀ ਮੁਸ਼ਕਲ ਨਾਲ ਪਹਾੜੀ ਉੱਪਰ ਚੜ੍ਹੇ ਸੀ, ਕਿਉਂਕਿ ਉਦੋਂ ਪਹਾੜੀ ਰਸਤੇ ਕੋਈ ਨਹੀਂ ਸੀ, ਹੁਣ ਤਾਂ ਰਸਤੇ ਵੀ ਬਣਾਏ ਹੋਏ ਆ। ਅਤੇ ਉਦੋਂ ਜੋ ਭਾਈ ਸਾਹਿਬ ਨੇ ਦੇਖਿਆ, ਜੋ ਅਸੀਂ ਦੇਖ ਰਹੇ ਹਾਂ ਪਿਛਲੇ 100 ਸਾਲ ਤੋਂ, ਭਾਈ ਸੰਤੋਖ ਸਿੰਘ ਜੀ ਨੇ ਉਹ ਆਤਮਿਕ ਬਲ ਦੇ ਨਾਲ ਲਿਖਿਆ ਹੈ, ਉੱਥੋਂ ਦਾ ਸਾਰਾ ਵੇਰਵਾ ਸਾਰਾ ਨਕਸ਼ਾ ਬੰਨਿਆ ਹੈ। ਸੋ ਕਵੀ ਜੀ ਬਾਗ ਦਾ ਜ਼ਿਕਰ ਕਰ ਰਹੇ ਨੇ, ਬਾਗ 'ਚ ਕਿੱਦਾਂ 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 ਦੇ ਬੂਟੇ ਹਨ, ਕਿੱਦਾਂ ਕਿੱਦਾਂ ਦੇ ਫਲਦਾਰ ਅਤੇ ਫੁੱਲਦਾਰ, ਬੜਾ ਸੁੰਦਰ ਨਕਸ਼ਾ ਬਣ ਕੇ ਕਹਿੰਦੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਬਾਗ ਦੀ ਸੈਰ ਕਰਨ ਚਲੇ ਗਏ ਨੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਭਾਈ ਭਾਨਾ ਜੀ ਨਾਲ ਨੇ, ਅਤੇ ਨਾਲ ਹੀ ਜੋਧ ਰਾਏ ਦੀ ਨੇ ਕਾਂਗੜ ਦਾ ਰਾਜਾ ਵੀ ਹੈ। ਤੇ ਜਦੋਂ ਬਾਗ ਦੇ ਕੋਲ ਪਹੁੰਚੇ ਨੇ, ਬਾਗ ਦੇ ਗੇਟ ਤੇ ਘੋੜੇ ਛੱਡ ਦਿੱਤੇ ਨੇ, ਸਤਿਗੁਰੂ ਵੀ ਘੋੜੇ ਤੋਂ ਉਤਰ ਪਏ ਨੇ, ਭਾਈ ਭਾਨਾ ਜੀ, ਭਾਈ ਜੋਧ ਸ਼ਾਹ ਜੀ, ਸਾਰੇ ਸਿੱਖ, ਸਾਰੀਆਂ ਫੌਜਾਂ, ਸੇਵਾਦਾਰ ਜਿਹੜੇ ਨਾਲ ਆਏ ਸੀ ਬਾਗ ਵੱਲ, ਉਹ ਘੋੜਿਆਂ ਤੋਂ ਉਤਰ ਪਏ ਹਨ ਤੇ ਉਸ ਬਾਗ ਦੇ ਅੰਦਰ ਵੜੇ ਹਨ ਮਹਾਰਾਜ ਛੇਵੇਂ ਪਾਤਸ਼ਾਹ।
ਨਾਲ ਭਾਈ ਭਾਨਾ ਜੀ ਦੀ ਬਾਂਹ ਫੜੀ ਹੋਈ ਹੈ। ਭਾਈ ਭਾਨਾ ਜੀ ਦਾ ਗੁਰੂ ਸਾਹਿਬ ਬਹੁਤ ਸਤਿਕਾਰ ਕਰਦੇ ਸਨ, ਕਿਉਂਕਿ ਗੁਰੂ ਸਾਹਿਬ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ ਬੰਸ ਹੋਣ ਕਰਕੇ ਇਹ ਵਜ਼ੀਰ ਸਨ ਗੁਰੂ ਕੇ, ਅਤੇ ਨਾਲ ਹੀ ਭਾਈ ਜੋਧ ਸ਼ਾਹ ਜੀ ਹੋਰ ਮੁਖੀ ਸਿੱਖ ਹਨ। ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਬਾਗ ਦੇ ਵਿੱਚ ਲੱਗੇ ਹੋਏ ਦਰਖਤਾਂ ਨੂੰ ਬੂਟਿਆਂ ਨੂੰ ਦੇਖਦੇ ਹਨ। ਹਰ ਇੱਕ ਫੁੱਲ 'ਤੇ ਮਹਾਰਾਜ ਨਿਗਾਹ ਪਾਉਂਦੇ, ਫੁੱਲਾਂ ਨੂੰ ਇੱਦਾਂ ਪਾਲਿਆ ਜਿਵੇਂ ਬੱਚੇ ਪਾਲੀਦੇ ਨੇ। ਜਿਹੜੇ ਮਹਾਂਪੁਰਸ਼ ਹੁੰਦੇ ਨਾ, ਉਹ ਹਰ ਚੀਜ਼ ਨੂੰ ਬੜੀ ਗਹਿਰਾਈ ਨਾਲ ਹੀ ਦੇਖਦੇ ਆ, ਉਹਨਾਂ ਦੀ ਹਰ ਗੱਲ ਬੜੀ ਡੂੰਘੀ ਹੁੰਦੀ ਹੈ। ਖਾਸ ਕਰਕੇ ਫੁੱਲਾਂ ਫਲਾਂ ਨਾਲ ਇੱਦਾਂ ਦਾ ਪ੍ਰੇਮ ਹੁੰਦਾ ਜਿਵੇਂ ਧੀਆਂ ਪੁੱਤਾਂ ਨਾਲ ਹੋਵੇ। ਮਹਾਰਾਜ ਪੁਸ਼ਪ ਪੁਸ਼ਪ ਭਰ ਦ੍ਰਿਸ਼ਟੀ ਫੇਰ ਫੁੱਲ ਫੁੱਲ ਦੇ ਉੱਤੇ ਨਿਗਾਹ ਪਾ ਰਹੇ ਨੇ, ਅਤੇ ਉਹਨਾਂ ਫੁੱਲਾਂ ਦਾ ਬੜਾ ਖਿਆਲ ਰੱਖਦੇ ਨੇ। ਅਤੇ ਮਹਾਰਾਜ ਭਾਈ ਭਾਨੇ ਨੂੰ ਸੁਣਾਉਂਦੇ ਨੇ, ਸਰਾਹਨਾ ਕਰਦੇ ਨੇ ਫੁੱਲਾਂ ਦੀ। ਦੇਖੋ ਭਾਈ ਭਾਨਾ ਜੀ, ਕਿੰਨਾ ਸੋਹਣਾ ਖਿੜਿਆ ਹੈ ਇਹ ਫੁੱਲ, ਆਹ ਦੂਜੇ ਫੁੱਲ ਦਾ ਵੇਖੋ ਨਾ, ਸਿੱਟਾ ਕਿਵੇਂ ਉੱਚਾ ਹੋ ਰਿਹਾ, ਇਹ ਕਿਵੇਂ ਉੱਪਰ ਨੂੰ ਜਾ ਰਿਹਾ, ਇਹਦੀ ਟੋਰ ਕਿਵੇਂ ਨਿਕਲ ਰਹੀ ਹੈ। ਆਹ ਦੂਜੇ ਫੁੱਲ ਦਾ ਦੇਖੋ ਰੰਗ ਕਿੰਨਾ ਸੋਹਣਾ ਹੈ। ਮਹਾਰਾਜ ਆਪ ਨਾਲੇ ਦੇਖਦੇ ਨੇ ਫੁੱਲਾਂ ਨੂੰ ਕੋਲ ਖੜ ਕੇ, ਅਤੇ ਨਾਲੇ ਉਹਨਾਂ ਸੋਹਣੇ ਫੁੱਲਾਂ ਦੇ ਵੱਖਰੇ ਵੱਖਰੇ ਗੁਣਾਂ ਦੀ, ਰੰਗਾਂ ਦੀ, ਉਹਨਾਂ ਦੀ ਖੁਸ਼ਬੋ ਦੀ ਸਿਫਤ ਕਰਦੇ ਹਨ। ਮਹਾਰਾਜ ਕਹਿੰਦੇ ਆਹ ਜਿਹੜਾ ਫੁੱਲ ਹੈ ਇਹ ਦੇਖੋ ਕਿੰਨਾ ਸੋਹਣਾ, ਜੇ ਮਾਲਾ ਵਿੱਚ ਪਰੋਈਏ ਤਾਂ ਇਹ ਕਿਵੇਂ ਸੋਹਣਾ ਲੱਗੇਗਾ। ਪੰਖੜੀ ਇਸ ਜਿਹੜਾ ਹੋਰ ਅਗਲੇ ਪਾਸੇ ਫੁੱਲ ਹੈ ਇਹਦੀਆਂ ਪੰਖੜੀਆਂ ਦੇਖੋ ਕਿੰਨੀਆਂ ਸੋਹਣੀਆਂ ਸੋਭਾ ਪਾ ਰਹੀਆਂ ਨੇ ਫੁੱਲ ਦੀਆਂ, ਆਕ੍ਰਿਤ ਮਹਾਬਨੀ ਮਨਮੋਹਤ, ਕਿੰਨੀਆਂ ਸੋਹਣੀਆਂ ਕਿਰਤੀ ਵਾਹਿਗੁਰੂ ਨੇ ਬਣਾਈ ਹੈ। ਕਿਉਂਕਿ ਇਹ ਜਿਹੜੇ ਫੁੱਲ ਨੇ ਕਿਸੇ ਬੰਦੇ ਨੇ ਨਹੀਂ ਬਣਾਏ, ਇਹ ਅਕਾਲ ਪੁਰਖ ਵਾਹਿਗੁਰੂ ਦੀ ਉਹਦੀ ਬਣਾਈ ਹੋਈ ਸਾਧ ਸੰਗਤ ਜੀ ਚਿੱਤਰਕਾਰੀ ਹੈ। ਸਤਿਗੁਰੂ ਬਾਣੀ 'ਚ ਲਿਖਦੇ ਨਾ, ਭਗਤ ਕਬੀਰ ਜੀ ਦਾ ਸ਼ਬਦ ਆਉਂਦਾ ਹੈ ਕਿ ਤਦ ਚਿੱਤਰਾ ਚੇਤੋ ਚਿੱਤਕਾਰੀ, ਕਹਿੰਦੇ ਚਿੱਤਰਕਾਰੀ ਦੇਖੋ ਕੈਸੀ ਕਮਾਲ ਦੀ ਬਣਾਈ ਉਸ ਚਿੱਤਰਕਾਰ ਨੇ, ਵਾਹਿਗੁਰੂ ਨੇ ਬਣਾਈ ਹੈ। ਅਤੇ ਰੰਗ ਰੰਗ ਦੇ ਫੁੱਲ ਹਨ, ਉਹਨਾਂ ਵਿੱਚੋਂ ਸੁਗੰਧੀ ਵੀ ਕਮਾਲ ਦੀ ਹੈ, ਗੁਲਾਬ ਦੀ ਆਪਣੀ ਹੈ, ਚਮੇਲੀ ਦੀ ਆਪਣੀ ਹੈ, ਗੇਂਦੇ ਦੀ ਆਪਣੀ ਹੈ, ਜਿਹੜੇ ਹੋਰ ਰਾਏ ਬੇਲ ਆਦਿਕ ਦੇ ਫੁੱਲ ਨੇ ਸਾਰਿਆਂ ਦੀ ਆਪਣੀ ਆਪਣੀ ਖੁਸ਼ਬੋ ਹੈ। ਸ਼੍ਰੀ ਹਰ ਰਾਏ ਸੋ ਕਛਕ ਪਛੇਰੇ। ਉਸ ਵੇਲੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜਦੋਂ ਇੱਦਾਂ ਬਾਗ ਦੇ ਵਿੱਚ ਫੁੱਲਾਂ ਨੂੰ ਦੇਖ ਰਹੇ ਸਨ ਅਤੇ ਫੁੱਲਾਂ ਦੀ ਸਿਫਤ ਕਰ ਰਹੇ ਸਨ, ਸ਼੍ਰੀ ਹਰ ਰਾਏ ਜੀ ਮਹਾਰਾਜ ਸੱਤਵੇਂ ਪਾਤਸ਼ਾਹ ਸਤਿਗੁਰੂ ਤੋਂ ਪਿੱਛੇ ਥੋੜ੍ਹਾ ਘੋੜੇ 'ਤੇ ਦੂਰ ਰਹਿ ਗਏ ਸਨ। ਉੱਤੇ ਤੁਰੰਗ ਪੰਥ ਕੇ ਨੇੜੇ, ਉਹ ਘੋੜੇ 'ਤੇ ਪਿੱਛੇ ਆ ਰਹੇ ਸਨ, ਨੇੜੇ ਹੀ ਸਨ, ਪਰ ਕਹਿ ਲਓ ਵੀ 5-7 ਮਿੰਟ ਦਾ ਫਰਕ ਦੋਵਾਂ ਵਿੱਚ ਦਾਦੇ ਪੋਤੇ 'ਚ ਪੈ ਗਿਆ ਸੀ। ਰੋਕਿਆ ਪਰ ਉਪਵਨ ਕੋਤਬ, ਜਦੋਂ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਆਏ ਉਹਨਾਂ ਨੇ ਆਪਣਾ ਘੋੜਾ ਉੱਥੇ ਰੋਕ ਲਿਆ ਜਿੱਥੇ ਦੂਜੇ ਘੋੜ ਸਵਾਰਾਂ ਦੇ ਗੁਰੂ ਸਾਹਿਬਾਂ ਦੇ ਘੋੜੇ ਖੜ੍ਹੇ ਹੋਏ ਸਨ ਦਰਵਾਜ਼ੇ ਦੇ ਕੋਲ। ਅਤੇ ਮਹਾਰਾਜ ਨੇ ਇਸ਼ਾਰਾ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਕਹਿ ਗਏ ਸੀ ਵੀ ਇੱਥੇ ਘੋੜਿਆਂ ਨੂੰ ਰੋਕੋ, ਅਤੇ ਘੋੜੇ ਸੇਵਾਦਾਰਾਂ ਨੇ ਬਾਗਾਂ ਫੜੀਆਂ ਹੋਈਆਂ ਸਨ। ਉਹ ਗੇਟ ਦੇ ਉੱਤੇ ਬਾਗ ਦਾ ਜਿਹੜਾ ਬੂਹਾ ਸੀਗਾ, ਦਰਵਾਜ਼ਾ ਕਹਿ ਲਓ ਗੇਟ ਦਾ,
ਉੱਥੇ ਖੜੇ ਸਨ ਸਾਰੇ ਹੀ, ਸਗਰੇ ਮਗਤੇ ਦੂਰ ਹਟਾਏ। ਤੇ ਜਦੋਂ ਮਹਾਰਾਜ ਆਏ ਨਾ ਸੱਤਵੇਂ ਪਾਤਸ਼ਾਹ ਜੀ, ਸਾਰੇ ਘੋੜੇ ਸੇਵਾਦਾਰਾਂ ਨੇ ਦਰਵਾਜ਼ੇ ਤੋਂ ਪਰਾਂ ਕਰ ਲਏ, ਕਿਉਂਕਿ ਮਹਾਰਾਜ ਦੀ ਉਮਰ ਛੋਟੀ ਸੀ ਸੱਤਵੇਂ ਪਾਤਸ਼ਾਹ ਜੀ ਦੀ, ਕਿਤੇ ਕੋਈ ਘੋੜਾ ਕੋਈ ਸ਼ਰਾਰਤ ਨਾ ਕਰ ਦੇਵੇ। ਘੋੜਿਆਂ ਦੀ ਆਦਤ ਹੁੰਦੀ ਹੈ, ਆਪਸ 'ਚ ਲੜ ਪੈਂਦੇ ਨੇ, ਦੁਲੱਤੇ ਮਾਰਨ ਲੱਗ ਜਾਂਦੇ ਨੇ, ਇਸ ਕਰਕੇ ਘੋੜਿਆਂ ਨੂੰ ਥੋੜ੍ਹਾ ਥੋੜ੍ਹਾ ਪਰਾਂ ਕਰ ਦਿੱਤਾ ਹੈ। ਸ਼੍ਰੀ ਹਰਿਰਾਏ ਜੀ ਮਹਾਰਾਜ ਆਪਣੇ ਘੋੜੇ ਤੋਂ ਉਤਰੇ, ਬਾਕੀ ਘੋੜੇ ਸਿੱਖਾਂ ਨੇ ਪਰੇ ਕੀਤੇ। ਉਹਨਾਂ ਘੋੜਿਆਂ ਦੇ ਵਿੱਚੋਂ ਜਿਹੜਾ ਰਸਤਾ ਸੀ ਉਹਦੇ ਵਿੱਚ ਸ਼੍ਰੀ ਹਰਿਰਾਏ ਸਾਹਿਬ ਜੀ ਗਏ ਹਨ। ਅਲਪ ਬੈਸ ਮਹਿਲ ਲੱਖ ਕਰ ਸਾਰੇ, ਕਿਉਂਕਿ ਉਮਰ ਮਹਾਰਾਜ ਦੀ ਛੋਟੀ ਸੀ, ਸਾਰੇ ਸੇਵਾਦਾਰ ਇਸ ਗੱਲ ਨੂੰ ਜਾਣਦੇ ਸਨ। ਉਹਨਾਂ ਨੇ ਤਾਂ ਹੀ ਘੋੜੇ ਪਰਾਂ ਕੀਤੇ ਵੀ ਘੋੜੇ ਕਿਤੇ ਲੜ ਕੇ ਆਪਸ ਵਿੱਚ ਇੱਕ ਦੂਜੀ ਨੂੰ ਦੋਤਾ ਮਾਰਦੇ ਹੋਣ, ਅਤੇ ਕਿਤੇ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਨੂੰ ਕੋਈ ਸੱਟ ਫੇਟ ਲੱਗ ਜਾਵੇ। ਇਸ ਗੱਲ ਨੂੰ ਸਿਆਣੇ ਸਿੱਖਾਂ ਨੇ ਸੋਚ ਕੇ ਘੋੜੇ ਜਿਹੜੇ ਸਨ ਰਾਹ ਤੋਂ ਥੋੜ੍ਹੇ ਪਰਾਂ ਕਰ ਲਏ। ਸ਼੍ਰੀ ਹਰਿਰਾਏ ਜੀ ਦੇ ਨਾਲ ਬਹੁਤ ਸਾਰੇ ਸੇਵਾਦਾਰ, ਉਹਨਾਂ ਦੇ ਅੰਗ ਰੱਖਿਅਕ, ਉਹਨਾਂ ਦੇ ਗੁੜਬਈ, ਉਹ ਵੀ ਨਾਲ ਆਏ ਸਨ। ਸ਼੍ਰੀ ਹਰਿਰਾਏ ਜੀ ਮਹਾਰਾਜ ਆਪ ਬੜੇ ਬਲੀ ਘੋੜੇ ਤੇ ਬਹਿ ਕੇ ਆਏ ਸਨ, ਇਸ ਕਰਕੇ ਘੋੜਾ ਉਹਨਾਂ ਦਾ ਵੀ ਪਿੱਛੇ ਰੋਕ ਲਿਆ ਤੇ ਬਾਕੀ ਘੋੜੇ ਵੀ ਪਰਾਂ ਕਰ ਦਿੱਤੇ। ਸ਼੍ਰੀ ਹਰਿਰਾਏ ਜੀ ਘੋੜੇ ਤੋਂ ਉਤਰੇ, ਇੱਕ ਸੌ ਇੱਕ ਕਲੀਆਂ ਦਾ ਸੂਖਮ ਬਰੀਕ ਦਾ ਕੱਪੜਾ ਜਿਹਦੇ ਚੋਂ ਸਰੀਰ ਦਿਸਦਾ ਹੋਵੇ, ਬਹੁਤ ਮਹਿੰਗਾ ਕੱਪੜਾ ਅੱਜ ਕੱਲ੍ਹ ਤਾਂ ਕਈ ਕਿਸਮ ਦਾ ਮਿਲ ਜਾਂਦਾ, ਪੁਰਾਤਨ ਸਮੇਂ ਇੰਨਾ ਬਰੀਕ ਕੱਪੜਾ ਬਣਾਉਣਾ ਬੜਾ ਮੁਸ਼ਕਲ ਸੀ। ਜੇ ਕੋਈ ਬਣਾਉਂਦੇ ਸਨ ਪਟਾਕੇ ਬੰਗਲਾਦੇਸ਼ ਦੀ ਮਲਮਲ ਆਦਿਕ, ਉਹ ਬਹੁਤ ਮਹਿੰਗੇ ਹੁੰਦੇ ਸਨ। ਇਸ ਤਰ੍ਹਾਂ ਕੋਈ ਬਹੁਤ ਬਰੀਕ ਸੁੰਦਰ ਕੱਪੜੇ ਦਾ 101 ਕਲੀਆਂ ਦਾ ਚੋਲਾ ਸੱਤਵੇਂ ਪਾਤਸ਼ਾਹ ਜੀ ਬਚਪਨ ਤੋਂ ਹੀ ਪਾਉਂਦੇ ਸਨ। ਨਿਤ ਪ੍ਰਤ ਪਹਿਰਹਿ ਬਹੁ ਅਬਿਰਾਮਾ, ਬਹੁਤ ਸੁੰਦਰ ਇਹ ਜੋੜਾ ਮਹਾਰਾਜ ਸਾਹਿਬ ਜੀ ਨੇ ਪਹਿਨਿਆ ਹੋਇਆ ਸੀ। ਸੁੰਦਰ ਪਰਿਉਸ ਕੰਧ ਦਕੂਲ, ਤੇ ਸਾਧ ਸੰਗਤ ਜੀ ਸਿੱਕ ਮੋਢੇ ਦੇ ਉੱਤੇ ਬੜਾ ਸੁੰਦਰ ਪਰਨਾ ਹਜੂਰੀਆ ਦੋਵਾਂ ਪਾਸਿਆਂ ਤੋਂ ਲਟਕਾਇਆ ਹੋਇਆ ਸੀ। ਮਾਨੋ ਸ੍ਰੀ ਹਰਿਰਾਏ ਜੀ ਕੋਮਲਤਾ ਦੀ ਜੜ ਹਨ, ਇੰਨਾ ਮਨ ਕੋਮਲ ਸੀਗਾ, ਦਯਾਵਾਨ ਸੀਗਾ, ਸਰੀਰ ਵੀ ਬੜਾ ਸੁੰਦਰ ਤੇ ਕੋਮਲ ਸੀ, ਵਸਤਰ ਵੀ ਬੜੇ ਕੋਮਲ ਪਹਿਨਦੇ ਸਨ, ਕਲਾ ਵੀ ਬੜੀ ਕੋਮਲ ਰੱਖਦੇ ਸਨ, ਤੇ ਆਪ ਜੀ ਮਿਰਦੁਲਤਾ ਦੀ ਕੋਮਲਤਾ ਦੀ ਜੜ ਸਨ, ਮੂਲ ਸਨ। ਇਹ ਸੋਚ ਕੇ ਵੀ ਦਾਦਾ ਜੀ ਅੱਗੇ ਚਲੇ ਗਏ ਨੇ ਤੇ ਦਾਦਾ ਜੀ ਕੋਲ ਦੌੜ ਕੇ ਜਾਈਏ, ਜਾਂ ਤੇ ਚਾਲ ਚਲਤ ਚਪਲਾਈ, ਛੇਤੀ ਛੇਤੀ ਤੁਰਨ ਲੱਗੇ ਹਨ। ਬਾਹੂ ਬੇਗ ਚਲਨ ਤੇ ਪਰਸਿਓ, ਜਦੋਂ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਤੇਜ਼ੀ ਨਾਲ ਦੌੜੇ ਨੇ, ਛੇਤੀ ਨਾਲ ਤੁਰੇ ਨੇ, ਤੇ ਹਵਾ ਜਿਹੜੀ ਹੈ ਨਾ ਉਹ ਚੋਲੇ ਦੇ ਇੱਕ ਘੇਰੇ ਵਿੱਚ ਪਈ ਹੈ। ਛਤ ਪਾਲਨ ਜਾਮੇ ਕੋ ਸਰਸਿਓ, ਤੇ ਜਿਹੜਾ ਉਹ ਮਹਾਰਾਜ ਦਾ 100 ਕਲੀਆਂ ਵਾਲਾ ਚੋਲਾ ਸੀਗਾ ਉਹਦਾ ਘੇਰਾ ਹਵਾ ਦੇ ਨਾਲ ਉੱਡਿਆ ਹੈ। ਫਸਰਿਓ ਕਨੋ ਛਿਪਰ ਚਲ ਜਾਹੀ, ਕਿਉਂਕਿ ਛੇਤੀ ਤੁਰੇ ਜਾਂਦੇ ਸਨ, ਕਾਹਲੀ ਕਰ ਰਹੇ ਸਨ,
ਤੇ ਚੋਲਾ ਪਸਰ ਗਿਆ ਬਹੁਤ ਹਵਾ ਦੇ ਵਿੱਚ। ਸੁੰਦਰ ਫੁੱਲ ਹੋ ਤੋ ਮਗਮਾਹੀ, ਰਸਤੇ ਚ ਇੱਕ ਬਾਲਾ ਹੀ ਸੋਹਣਾ ਸੁੰਦਰ ਫੁੱਲ, ਗੁਰੂ ਸਾਹਿਬ ਜੀ ਛੇਵੇਂ ਪਾਤਸ਼ਾਹ ਵੇਖ ਕੇ ਹੁਣੇ ਹੁਣੇ ਗਏ ਸਨ। ਸੋ ਜਾਮੇ ਲਗ ਅਟਕਤ ਟੂਟਾ, ਉਹ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਦੇ ਚੋਲੇ ਨਾਲ ਅਟਕ ਕੇ ਫੁੱਲ ਟੁੱਟ ਗਿਆ। ਐਚਨ ਕਰੇ ਸ਼ਾਖ ਤੇ ਛੂਟਾ, ਕਹਿੰਦੇ ਜਦੋਂ ਖਿੱਚਿਆ ਨਾ ਚੋਲਾ ਅੜਿਆ ਉਹਦੇ ਨਾਲ, ਤੇ ਉਹ ਜਦੋਂ ਖਿੱਚਿਆ ਤੇ ਝਟਕਾ ਲੱਗਿਆ ਤੇ ਫੁੱਲ ਟੁੱਟ ਕੇ ਥੱਲੇ ਡਿੱਗ ਪਿਆ। ਟੁੱਟਿਓ ਪੁਸ਼ਪ ਰਹਿਓ ਤਹ ਪਰਿਓ, ਕਹਿੰਦੇ ਫੁੱਲ ਡਿੱਗ ਪਿਆ ਤੇ ਉੱਥੇ ਹੀ ਪਿਆ ਰਿਹਾ। ਸ੍ਰੀ ਹਰ ਰਾਏ ਬੇਗ ਤਿਮ ਧਰਿਓ, ਸ੍ਰੀ ਹਰ ਰਾਏ ਜੀ ਤੇਜ਼ੀ ਨਾਲ ਅਗਾਂਹ ਨੂੰ ਦੌੜੇ ਹਨ। ਮਿਲਨ ਪਤਾਮੇ ਕੋ ਚਿਤ ਚਾਹੀ, ਕਹਿੰਦੇ ਮਨ ਦੇ ਵਿੱਚ ਸੀ ਵੀ ਦਾਦਾ ਜੀ ਕੋਲ ਜਾਣਾ, ਛੇਤੀ ਪਹੁੰਚੀਏ ਸਤਿਗੁਰੂ ਜੀ ਦੇ ਕੋਲ। ਕਹਾ ਰਹੇ ਜਬ ਲਗ ਕਹਿ ਨਾਹੀ, ਕਹਿੰਦੇ ਪੁੱਛਣਗੇ ਕਿੱਥੇ ਰਹਿ ਗਏ ਸੀ, ਇਸ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਈਏ। ਕਹਾਂ ਰਹੇ ਕਹਿ ਜਬ ਲਗ ਕਹਿ ਨਾਹੀ, ਜਿੰਨਾ ਚਿਰ ਇਹ ਨਹੀਂ ਕਹਿੰਦੇ ਕਿੱਥੇ ਰਹਿ ਗਏ ਸੀ ਤੁਸੀਂ, ਅਤੇ ਉਸ ਉਲਾਂਭੇ ਤੋਂ ਪਹਿਲਾਂ ਪਹਿਲਾਂ ਮਹਾਰਾਜ ਦੇ ਕੋਲ ਪਹੁੰਚ ਜਾਈਏ। ਸੰਗ ਦਾਸ ਤੇ ਮਗਮਨਤ ਗਏ, ਸੇਵਾਦਾਰ ਵੀ ਉਸੇ ਤਰ੍ਹਾਂ ਹੀ, ਫਿਰ ਜਿਵੇਂ ਮਹਾਰਾਜ ਸੱਤਵੇਂ ਪਾਤਸ਼ਾਹ ਤੇਜ਼ ਜਾ ਰਹੇ ਸਨ ਅਤੇ ਉਹਨਾਂ ਦੇ ਗੜਵਈਆਂ ਨੇ ਤਾਂ ਨਾਲ ਨਾਲ ਹੀ ਜਾਣਾ ਸੀ, ਉਹ ਵੀ ਤੇਜ਼ੀ ਨਾਲ ਦੌੜੇ ਹਨ। ਸਤਿਗੁਰ ਨਿਕਟ ਪਹੁੰਚਤ ਭਏ, ਮਹਾਰਾਜ ਛੇਵੇਂ ਪਾਤਸ਼ਾਹ ਦੇ ਕੋਲ ਜਾ ਪਹੁੰਚੇ ਹਨ। ਸਨੇ ਸਨੇ ਫਿਰ ਉਪਬਨ ਸੈਲ, ਤੇ ਫਿਰ ਦਾਦਾ ਜੀ ਦੇ ਨਾਲ ਹੀ ਭਾਈ ਭਾਨਾ ਜੀ ਆਦਿਕ ਸਿੱਖਾਂ ਦੇ ਨਾਲ ਸੱਤਵੇਂ ਪਾਤਸ਼ਾਹ ਵੀ ਬਾਗ ਦੀ ਸੈਰ ਕਰਨ ਲੱਗ ਪਏ। ਸ੍ਰੀ ਹਰਗੋਬਿੰਦ ਸਿੱਖ ਬਹੁਗੈਲ, ਗੁਰੂ ਹਰਗੋਬਿੰਦ ਸਾਹਿਬ ਬਹੁਤ ਸਿੱਖਾਂ ਦੇ ਨਾਲ ਬਾਗ ਦੀ ਸੈਰ ਕਰਦੇ ਹਨ। ਸੁੰਦਰ ਰਵਸ਼ ਸੁਥੰਡਲ ਘਨੇ, ਸਾਧ ਸੰਗਤ ਜੀ ਬਾਗ ਬਹੁਤ ਹੀ ਵੱਡਾ ਸੀ ਤੇ ਬਹੁਤ ਸੁੰਦਰ ਸੀ, ਥਾਂ ਥਾਂ ਦੇ ਉੱਤੇ ਥੜੇ ਬਣੇ ਹੋਏ ਸਨ ਵੀ ਜੇ ਕੋਈ ਬਹਿਣਾ ਚਾਹੇ ਥੜਿਆਂ ਤੇ ਬਹਿ ਕੇ ਬਾਣੀ ਪੜ੍ਹੇ, ਨਿਤਨੇਮ ਕਰੇ, ਸਿਮਰਨ ਕਰੇ, ਆਪਣਾ ਆਨੰਦ ਲਵੇ। ਅਤੇ ਬਾਗ ਦੇ ਵਿੱਚ ਜਿਹੜੇ ਰਸਤੇ ਸਨ ਉਹ ਵੀ ਪੱਕੇ, ਜਿਵੇਂ ਅੱਜ ਕੱਲ੍ਹ ਪੱਕੇ ਰਸਤੇ ਬਣੇ ਨੇ ਬਾਗਾਂ ਵਿੱਚ, ਮਹਾਰਾਜ ਦੇ ਸਮੇਂ ਉਸ ਵੇਲੇ ਵੀ ਸੁੰਦਰ ਪੱਕੇ ਰਸਤੇ ਬਣੇ ਹੋਏ ਸਨ। ਹੱਥ ਪ੍ਰਬੀਨਨ ਕੇ ਲੱਗ ਬਣੇ, ਬੜੇ ਸਿਆਣੇ ਕਾਰੀਗਰਾਂ ਨੇ, ਪ੍ਰਬੀਨ ਬੰਦਿਆਂ ਨੇ ਉਹ ਰਸਤੇ ਬਣਾਏ ਸੀ, ਥੜੇ ਬਣਾਏ ਸੀ, ਬਹਿਣ ਵਾਸਤੇ ਜਗ੍ਹਾ ਬਣਾਈਆਂ ਸਨ, ਬੂਟੇ ਵੀ ਇੱਕ ਇੱਕ ਲਾਈਨ ਵਿੱਚ ਬੜੇ ਸੁੰਦਰ ਤਰੀਕੇ ਨਾਲ ਲਾਏ ਹੋਏ ਸਨ। ਸਿਆਣੇ ਮਾਲੀਆਂ ਨੇ ਉਹ ਬਾਗ ਜਿਹੜਾ ਸੀ ਬੜੀ ਮਿਹਨਤ ਦੇ ਨਾਲ ਤਿਆਰ ਕੀਤਾ ਸੀ। ਤਿੰਨ ਪਰ ਚਲੇ ਜਾ ਹਿਸਬ ਅੱਗੇ, ਉਹ ਰਸਤਿਆਂ ਦੇ ਉੱਤੇ ਮਹਾਰਾਜ ਛੇਵੇਂ ਪਾਤਸ਼ਾਹ ਸਾਰਿਆਂ ਤੋਂ ਅੱਗੇ ਨੇ, ਨਾਲ ਹੀ ਭਾਈ ਭਾਨਾ ਜੀ ਨੇ, ਭਾਈ ਜੋਤ ਸ਼ਾਹ ਜੀ ਨੇ, ਨਾਲ ਸੱਤਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਇ ਸਾਹਿਬ ਜੀ ਛੋਟੇ ਹਨ ਅਤੇ ਆਪਣੇ ਦਾਦਾ ਜੀ ਦੀ ਉਂਗਲੀ ਫੜੀ ਨਾਲ ਨਾਲ ਤੁਰੇ ਜਾਂਦੇ ਹਨ। ਬੜੀ ਭੀੜ ਮਹਾਰਾਜ ਦੇ ਪਿੱਛੇ ਲਾਰਾ ਲਾ ਕੇ ਸੂਰਬੀਰ ਯੋਧਿਆਂ ਦੀ, ਸ਼ਸਤਰਧਾਰੀ ਸਿੱਖਾਂ ਦੀ ਵੀ ਆ ਰਹੀ ਹੈ। ਸਾਧ ਸੰਗਤ ਜੀ ਬੜੇ ਛਾਇਆਦਾਰ ਦਰਖਤ ਵੇਖੇ ਹਨ। ਬੈਠਣ ਹੇਤਰ ਦਾ ਬਿਸਮਾਇਆ, ਮਨ ਵਿੱਚ ਸੋਚਿਆ ਵੀ ਕੁਝ ਸਮਾਂ ਬੈਠੀਏ, ਛਾਇਆਦਾਰ ਬੂਟੇ ਦੇ ਥੱਲੇ ਥੜੇ ਤੇ ਮਹਾਰਾਜ ਬੈਠ ਗਏ ਹਨ। ਪਤੀ ਸਗਨ ਬਹੁਤ ਸਕੇਤਰੇ, ਉਸ ਦਰਖਤ ਦੀ ਛਾਇਆ ਬੜੀ ਸੰਘਣੀ ਸੀ, ਸੰਘਣੀ ਛਾਂ ਵਾਲੇ ਬੂਟੇ ਦੇ ਥੱਲੇ ਭਾਈ ਭਾਨਾ ਜੀ ਨੂੰ ਨਾਲ ਬਿਠਾ ਲਿਆ। ਸਿੱਖਾਂ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਗ ਵਿੱਚ ਕੁਝ ਘੜੀਆਂ ਲਈ ਬੈਠੇ ਹਨ। ਫਰਸ਼ ਕਰਾਏ ਬੈਠੋ ਬੋ ਕਰੇ, ਫਰਸ਼ ਵਿਛਾ ਕੇ ਬੈਠਣਾ ਕੀਤਾ ਹੈ। ਅਨੇਕ ਭਾਂਤ ਕੀ ਬਾਤਨ ਕਰਤੇ, ਅਨੇਕਾਂ ਭਾਂਤ ਦੀਆਂ ਗੱਲਾਂ ਬਚਨ ਬਿਲਾਸ ਕਰਦੇ ਹਨ। ਤ੍ਰਿਣ ਸਬਜੀ ਚਹ ਔਰ ਨਿਹਰਤੇ, ਆਲੇ ਦੁਆਲੇ ਬਹੁਤ ਸੋਹਣੀ ਹਰਿਆਲੀ ਹੈ,
ਹਰ ਤਰ੍ਹਾਂ ਦੀ ਹਰਿਆਲੀ ਹਰਿਆਲੀ ਹੈ, ਬਾਗ ਬਹੁਤ ਸੁੰਦਰ ਹੈ। ਕਿਤਕ ਸਮੇਂ ਮੈਂ ਉੱਠ ਕਰ ਚਾਲੇ, ਫਿਰ ਕੁਝ ਸਮੇਂ ਬਾਅਦ ਘੜੀ ਅੱਧੀ ਘੜੀ ਬਹਿ ਕੇ ਫਿਰ ਗੁਰੂ ਸਾਹਿਬ ਜੀ ਉੱਠ ਕੇ ਵਾਪਸ ਚੱਲ ਪਏ ਨੇ। ਸ਼੍ਰੀ ਹਰਿ ਰਾਏ ਨਿਕਟ ਹੈ ਨਾਲੇ, ਨਾਲ ਸ਼੍ਰੀ ਹਰਿ ਰਾਏ ਜੀ ਵੀ ਹਨ। ਛੇਵੇਂ ਪਾਤਸ਼ਾਹ ਤੇ ਸੱਤਵੇਂ ਪਾਤਸ਼ਾਹ ਦੋਵੇਂ ਪਾਤਸ਼ਾਹ ਇਕੱਠੀਆਂ ਤੁਰੀਆਂ ਆਉਂਦੀਆਂ ਹਨ। ਅੱਗੇ ਜਿਵੇਂ ਸਹਿਜ ਗਏ ਸਨ, ਜਿਹੜੇ ਰਸਤੇ ਥਾਣੀ ਉਧਰੋਂ ਹੀ ਆ ਗਏ ਹਨ। ਇਸ ਪ੍ਰਕਾਰ ਹਟ ਆਵਤ ਭਏ, ਸਾਰਾ ਬਾਗ ਘੁੰਮ ਕੇ ਸਾਰੇ ਬਾਗ ਦੇ ਬੂਟਿਆਂ ਦੀ ਖਬਰ ਸਾਰ ਲੈ ਕੇ ਆਪਣੀ ਮਿਹਰ ਦੀ ਦ੍ਰਿਸ਼ਟੀ ਉਹਨਾਂ ਬੂਟਿਆਂ ਤੇ ਪਾ ਕੇ ਸੱਤਵੇਂ ਪਾਤਸ਼ਾਹ ਤੇ ਛੇਵੇਂ ਪਾਤਸ਼ਾਹ ਵਾਪਸ ਉਸ ਪਾਸੇ ਆ ਨਿਕਲੇ ਹਨ ਜਿੱਧਰ ਘੋੜੇ ਖੜੇ ਕੀਤੇ ਸਨ ਦਰਵਾਜ਼ੇ ਵੱਲ। ਟੁੱਟਿਆ ਪਰਿਆ ਪੁਸ਼ਪ ਜਸ ਥਾਈ, ਉੱਥੇ ਦਰਵਾਜ਼ੇ ਦੇ ਲਾਗੇ ਹੀ ਉਹ ਫੁੱਲ ਟੁੱਟਾ ਪਿਆ ਹੈ ਜਿਹੜਾ ਮਹਾਰਾਜ ਪਹਿਲਾਂ ਜਦੋਂ ਲੰਘੇ ਸਨ ਠੀਕ ਸੀ, ਪਰ ਹੁਣ ਜਦੋਂ ਆਏ ਹਨ ਤੇ ਉਹ ਟੁੱਟਾ ਪਿਆ ਵੇਖਿਆ ਹੈ। ਤਹਾਂ ਪਹੁੰਚਤ ਭੇ ਜਗ ਸਾਈ, ਜਗਤ ਦੇ ਮਾਲਕ ਜਗਤ ਦੇ ਸਾਈ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਟੁੱਟੇ ਫੁੱਲ ਦੇ ਕੋਲ ਆ ਪਹੁੰਚੇ ਹਨ। ਪ੍ਰਥਮ ਗਏ ਦੇਖਿਓ ਬਿਦ ਭਲੇ, ਜਦੋਂ ਪਹਿਲਾਂ ਗਏ ਸੀ ਬਾਗ ਵਿੱਚ ਵੜੇ ਸੀ ਉਦੋਂ ਤੇ ਫੁੱਲ ਬੜਾ ਸੋਹਣਾ ਲੱਗਾ ਹੋਇਆ ਸੀ। ਮਹਾਰਾਜ ਦੇਖ ਕੇ ਗਏ ਸਨ ਇਹਦੇ ਵੱਲ, ਬਾਲਾ ਹੀ ਮਨ ਨੂੰ ਮੋਹਣ ਵਾਲਾ ਫੁੱਲ ਸੀ। ਉਦੋਂ ਵੀ ਮਹਾਰਾਜ ਬੜੀ ਇਹਦੀ ਸਰਾਹਨਾ ਕਰਕੇ ਗਏ ਸਨ। ਇਸੇ ਫੁੱਲ ਬਾਰੇ ਭਾਈ ਭਾਨਾ ਜੀ ਨੂੰ ਦੱਸ ਕੇ ਗਏ ਸਨ, ਦੇਖੋ ਭਾਈ ਭਾਨਾ ਜੀ ਇਹ ਕਿੰਨਾ ਸੋਹਣਾ ਖਿੜਿਆ ਹੈ, ਕਿੰਨੀ ਸੋਹਣੀ ਇਹਦੀਆਂ ਪੰਖੜੀਆਂ ਹਨ, ਕਿੰਨੀ ਸੋਹਣੀ ਇਹਦੀ ਛੱਬੀ ਹੈ, ਕਿੰਨਾ ਮਨ ਨੂੰ ਮੋਹਦਾ ਹੈ, ਕਿੰਨੀ ਸੁਗੰਧੀ ਵਾਲਾ ਹੈ। ਇਦਾਂ ਬਚਨ ਉਸ ਫੁੱਲ ਬਾਰੇ ਸਤਿਗੁਰੂ ਜੀ ਕਰਕੇ ਗਏ ਸਨ। ਪਰ ਜਦੋਂ ਵਾਪਸ ਆ ਕੇ ਵੇਖਿਆ ਕਿ ਟੁੱਟਾ ਪਿਆ ਜ਼ਮੀਨ ਤੇ ਡਿੱਗਾ ਹੈ, ਸਤਿਗੁਰ ਬਾਕ ਉਚਾਰਨ ਕਰਿਓ, ਤਾਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਇਸ ਤਰ੍ਹਾਂ ਬੋਲੇ, ਸ਼ਾਖਾ ਲੱਗਿਓ ਹਤੋ ਹਮ ਹੇਰਾ, ਕਹਿੰਦੇ ਹੁਣੇ ਆਪਾਂ ਗਏ ਸੀ ਤੇ ਟਾਹਣੀ ਦੇ ਨਾਲ ਲੱਗਾ ਹੋਇਆ ਸੀ, ਅਬ ਇਹ ਕਿਹ ਤੋੜਿਓ ਛਿਤਗੇਰਾ, ਹੁਣ ਇਸ ਨੂੰ ਕਿਸ ਨੇ ਤੋੜ ਦਿੱਤਾ ਤੇ ਧਰਤੀ ਤੇ ਸੁੱਟ ਦਿੱਤਾ ਹੈ। ਇਹ ਫੁੱਲ ਜਿਹੜਾ ਇੰਨਾ ਸੁੰਦਰ ਸੀਗਾ ਇਹਨੂੰ ਡਾਲੀ ਨਾਲੋਂ ਕਿਸ ਨੇ ਤੋੜਿਆ ਹੈ। ਉਪਮਾ ਮੁਖ ਪ੍ਰਸੰਨ ਕੀ ਪਾਵਤ, ਇਹ ਖਿੜਿਆ ਹੋਇਆ ਇੰਜ ਲੱਗਦਾ ਸੀ ਜਿਵੇਂ ਕਿਸੇ ਹਸੀਨ ਦਾ ਮੁਖੜਾ ਹੱਸ ਰਿਹਾ ਹੋਵੇ, ਖਿੜੇ ਹੋਏ ਮੱਥੇ ਦਾ ਜਿਵੇਂ ਕੋਈ ਇਨਸਾਨ ਹੋਵੇ ਜਿਹਦੇ ਚਿਹਰੇ 'ਤੇ ਮੁਸਕਾਨ ਹੋਵੇ, ਉਹਨੂੰ ਵੇਖ ਕੇ ਜਿਵੇਂ ਮਨ ਖੁਸ਼ ਹੁੰਦਾ, ਇਸ ਫੁੱਲ ਨੂੰ ਵੇਖ ਕੇ ਇੰਜ ਲੱਗਦਾ ਸੀ ਵੀ ਇਹ ਕੋਈ ਖਿੜੀ ਹੋਈ ਰੂਹ ਹੈ, ਕਿਉਂਕਿ ਕਵੀਆਂ ਨੇ ਖਿੜੇ ਹੋਏ ਮੱਥਿਆਂ ਨੂੰ ਖਿੜੇ ਹੋਏ ਮੁੱਖਾਂ ਨੂੰ ਫੁੱਲਾਂ ਦੀ ਅਤੇ ਫੁੱਲਾਂ ਨੂੰ ਖਿੜੇ ਹੋਏ ਮੁੱਖਾਂ ਦੀ ਤਸਵੀਰ ਦਿੱਤੀ ਹੈ। ਛੇਵੇਂ ਪਾਤਸ਼ਾਹ ਕਹਿੰਦੇ ਇੰਜ ਲੱਗਦਾ ਸੀ ਜਿਵੇਂ ਕਿਸੇ ਹਸੀਨ ਦਾ ਮੁਖੜਾ ਖਿੜਿਆ ਹੋਵੇ। ਖਿੜੀ ਪੰਖੜੀ ਹੋ ਤੋ ਸੁਹਾਵਤ, ਕਹਿੰਦੇ ਕਿੰਨੀਆਂ ਸੋਹਣੀਆਂ ਪੰਖੜੀਆਂ ਖਿੜੀਆਂ ਹੋਈਆਂ ਸਨ ਇਸ ਦੀਆਂ, ਸ਼ਾਖਾ ਸਹਿਤ ਤਰੋਵਰ ਅਵਨੀ, ਕਹਿੰਦੇ ਆਪਣੀ ਟਾਹਣੀ ਦੇ ਨਾਲ ਲੱਗਾ ਹੋਇਆ ਕਿੰਨਾ ਸੋਹਣਾ ਲੱਗਦਾ ਸੀ। ਨਿਜ ਸ਼ਬ ਤੇ ਦਿਖਰਾਵਤ ਰਵਨੀ, ਆ ਧਰਤੀ ਨੂੰ ਵੀ ਭਾਗ ਲਾ, ਧਰਤੀ ਵੀ ਸੋਹਣੀ ਲੱਗਦੀ ਹੈ ਜਿੱਥੇ ਸੋਹਣੇ ਫੁੱਲਾਂ ਵਾਲੇ ਅਤੇ ਫਲਾਂ ਵਾਲੇ ਦਰਖਤ ਤਰਤੀਬ ਨਾਲ ਲਾਏ ਹੋਣ, ਉਹ ਧਰਤੀ ਵੀ ਹਰੀ ਭਰੀ ਹੁੰਦੀ ਹੈ। ਧਰਤੀ ਦਾ ਸ਼ਿੰਗਾਰ ਜਿਹੜਾ ਹੈ ਸਾਧ ਸੰਗਤ ਜੀ, ਉਹ ਫਸਲਾਂ ਹੀ ਨੇ, ਬੂਟੇ ਨੇ, ਫਲ ਫੁੱਲ ਨੇ। ਜੇ ਧਰਤੀ 'ਤੇ ਇਹ ਹਰਿਆਲੀ ਨਾ ਹੋਵੇ ਤਾਂ ਧਰਤੀ ਦਾ ਸ਼ਿੰਗਾਰ ਪੂਰਾ ਨਹੀਂ ਹੁੰਦਾ। ਸੋ ਮਹਾਰਾਜ ਕਹਿੰਦੇ ਧਰਤੀ ਨੂੰ ਵੀ ਚਾਰ ਚੰਨ ਲਾ ਰਿਹਾ ਸੀ, ਅਬ ਛਿੰਨ ਛਿੰਨ ਪ੍ਰਤ ਇਹ ਕਮਲਾਵਤ, ਹੁਣ ਇਹ ਟੁੱਟ ਗਿਆ,
ਹੁਣ ਛਿਨ ਛਿਨ ਪ੍ਰਤੀ ਇਹਨੇ ਕੁਮਲਾਈ ਜਾਣਾ। ਪਲ ਪਲ ਇਹਦਾ ਨਾਲ ਦੀ ਨਾਲ ਇਹਦੀ ਸੋਭਾ ਇਹਦੀ ਸੁੰਦਰਤਾ ਖਤਮ ਹੁੰਦੀ ਜਾਣੀ ਹੈ। ਜਿੰਨੇ ਵੀ ਮਹਾਂਪੁਰਸ਼ ਪੁਰਾਤਨ ਹੋਏ ਨੇ ਉਹ ਇਹਨਾਂ ਫੁੱਲਾਂ ਨੂੰ ਤੋੜ ਕੇ ਰਾਜੀ ਨਹੀਂ ਸੀ ਹੁੰਦੇ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਚਨ ਆਉਂਦਾ, ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਉ। ਹੇ ਮਾਲਣ, ਤੂੰ ਪੱਤਾ ਪੱਤਾ ਤੋੜਦੀ ਹੈ, ਫੁੱਲਾਂ ਨੂੰ ਤੋੜਦੀ ਹੈ, ਪਰ ਜਿਹੜੇ ਫੁੱਲਾਂ ਨੂੰ ਤੋੜ ਰਹੀ ਹੈ ਉਹ ਤਾਂ ਜਿਉਂਦੇ ਜਾਗਦੇ ਹਨ। ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਉ, ਜਿਸ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ। ਜਿਹੜੇ ਪੱਥਰ ਦੇ ਉੱਤੇ ਚੜ੍ਹਾਉਣ ਵਾਸਤੇ ਤੂੰ, ਮੂਰਤੀ 'ਤੇ ਚੜ੍ਹਾਉਣ ਵਾਸਤੇ ਤੋੜਦੀ ਇਹਨਾਂ ਫੁੱਲਾਂ ਨੂੰ, ਉਹ ਪੱਥਰ ਤਾਂ ਨਿਰਜਿੰਦ ਹੈ, ਉਹਦੇ ਵਿੱਚ ਜਾਨ ਕੋਈ ਨਹੀਂ, ਪਰ ਇਹ ਜਾਨ ਵਾਲੇ ਹਨ। ਤੂੰ ਜਾਨ ਵਾਲਿਆਂ ਨੂੰ ਜਿੰਦਿਆਂ ਨੂੰ ਤੋੜ ਕੇ ਅਤੇ ਮੁਰਦੇ 'ਤੇ ਚੜ੍ਹਾਈ ਜਾਂਦੀ ਹੈ। ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਉ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਉ। ਭੂਲੀ ਮਾਲਨੀ ਹੈ ਇਹੋ, ਸਤਿਗੁਰੂ ਜਾਗਤਾ ਹੈ ਦਿਓ, ਬ੍ਰਹਮ ਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦਿਓ, ਤੀਨ ਦੇਵ ਪ੍ਰਤੱਖ ਤੋਰੈ ਕਰੈ ਕਿਸ ਕੀ ਸਿਓ। ਬ੍ਰਹਮਾ ਵਿਸ਼ਨੂੰ ਸ਼ਿਵਜੀ ਦੇ ਫੁੱਲ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਤਾਂ ਤੋੜ ਰਹੀ ਹੈ ਅਤੇ ਪੱਥਰ ਦੀ ਤਾਂ ਪੂਜਾ ਕਰ ਰਹੀ ਹੈ, ਅਤੇ ਭਗਵਾਨ ਖੁਸ਼ ਥੋੜ੍ਹਾ ਹੋਵੇਗਾ। ਡਾਕਟਰ ਭਾਈ ਵੀਰ ਸਿੰਘ ਜੀ ਇੱਕ ਬੜਾ ਸੁੰਦਰ ਇੱਕ ਰੁਬਾਈ ਲਿਖੀ ਉਹਨਾਂ ਨੇ, ਉਹ ਕਹਿੰਦੇ, ਡਾਲੀ ਨਾਲੋਂ ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ। ਫੁੱਲ ਕਹਿੰਦੇ ਨੇ ਕਿ ਤੂੰ ਆਇਆ, ਤੂੰ ਸਾਡੀ ਸੁਗੰਧੀ ਲੈ ਲੈ, ਖੁਸ਼ਬੋ ਲੈ ਲੈ, ਸਾਡੇ ਰੂਪ ਨੂੰ ਵੇਖ ਲੈ, ਤੂੰ ਸਾਨੂੰ ਡਾਲੀ ਨਾਲੋਂ ਤੋੜ ਨਾ, ਡਾਲੀ ਨਾਲੋਂ ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ। ਸੌ ਗਾਹਕ ਜੇ ਸੁੰਘੇ ਆ ਕੇ, ਸੌ ਗਾਹਕ ਜੇ ਸੁੰਘੇ ਆ ਕੇ ਸਾਡੀ ਸੁਗੰਧੀ ਲਵੇ, ਖਾਲੀ ਇੱਕ ਨਾ ਜਾਈ। ਸਾਰਿਆਂ ਨੂੰ ਸੁਗੰਧੀ ਦਿਆਂਗੇ, ਹਿੰਦੂ ਨੂੰ ਵੀ ਦਿਆਂਗੇ, ਮੁਸਲਮਾਨ ਨੂੰ ਵੀ ਦਿਆਂਗੇ, ਸਿੱਖ ਨੂੰ ਵੀ ਦਿਆਂਗੇ, ਈਸਾਈ ਨੂੰ ਵੀ, ਹਰ ਇਨਸਾਨ ਨੂੰ ਅਸੀਂ ਖੁਸ਼ਬੋ ਦਿਆਂਗੇ, ਪਸ਼ੂਆਂ ਨੂੰ ਦਿਆਂਗੇ, ਪੰਛੀਆਂ ਨੂੰ ਦਿਆਂਗੇ। ਸੁਗੰਧੀ ਸਾਡੀ ਸਾਰਿਆਂ ਵਾਸਤੇ ਹੈ, ਕੋਈ ਖਾਲੀ ਨਹੀਂ ਜਾਏਗਾ। ਸੌ ਗਾਹਕ ਜੇ ਸੁੰਘੇ ਆ ਕੇ, ਖਾਲੀ ਇੱਕ ਨਾ ਜਾਈ। ਜੇ ਤੂੰ ਇੱਕ ਤੋੜ ਕੇ ਲੈ ਗਿਓ, ਜੇ ਤੂੰ ਲੈ ਗਿਆ ਤੋੜ ਕੇ ਇਕੱਲਾ, ਇੱਕ ਜੋਗਾ ਰਹਿ ਜਾਸਾਂ, ਮੈਂ ਤੇਰੇ ਜੋਗਾ ਇਕੱਲੇ ਜੋਗਾ ਰਹਿ ਗਿਆ। ਉਹ ਵੀ ਪਲਕ ਝਲਕਦਾ ਮੇਲਾ, ਰੂਪ ਮਹਿਕ ਨਸ ਜਾਈ। ਅਤੇ ਉਹ ਵੀ ਮੈਂ ਬਹੁਤਾ ਚਿਰ ਥੋੜ੍ਹਾ ਰਹਿਣਾ, ਪਲਕ ਝਲਕਦਾ ਮੇਲਾ ਹੈ, ਘੜੀ ਦੋ ਘੜੀ, ਘੰਟਾ ਦੋ ਘੰਟੇ, ਮੇਰੇ 'ਚੋਂ ਖੁਸ਼ਬੋ ਆਵੇਗੀ, ਮੈਂ ਚਮਕਾਂਗਾ, ਫਿਰ ਮੈਂ ਮੁਰਝਾ ਜਾਵਾਂਗਾ, ਤੂੰ ਮੈਨੂੰ ਪੈਰਾਂ ਥੱਲੇ ਸਿੱਟ ਦੇਗਾ। ਸੋ ਸਾਧ ਸੰਗਤ ਜੀ, ਫੁੱਲਾਂ ਦੀ ਜਿਹੜੇ ਮਹਾਂਪੁਰਸ਼ ਹੁੰਦੇ ਆ ਨਾ, ਛੇਤੀ ਕੀਤਿਆਂ ਤੋੜਦੇ ਨਹੀਂ। ਛੇਵੇਂ ਪਾਤਸ਼ਾਹ ਫੁੱਲ ਵੇਖ ਕੇ ਗਏ ਸਨ, ਹੁਣ ਟੁੱਟਾ ਪਿਆ ਵੇਖਿਆ ਤੇ ਕਹਿੰਦੇ ਕਿੰਨਾ ਸੋਹਣਾ ਸੀ ਇਹ, ਸ਼ੋਕ ਸਹਿਤ ਮੁਖ ਸਮਤਾ ਪਾਵਤ। ਕਹਿੰਦੇ ਹੁਣ ਇਹਨੇ ਕੁਮਲਾ ਜਾਣਾ, ਏਦਾਂ ਹੋ ਜਾਣਾ ਜਿਵੇਂ ਕਿਸੇ ਬੰਦੇ 'ਤੇ ਸ਼ੋਕ ਆਇਆ ਹੋਵੇ ਅਤੇ ਉਹਦਾ ਮੂੰਹ ਕੁਮਲਾ ਜਾਂਦਾ ਹੈ। ਕਿੰਨੀ ਸੋਹਣੀ ਤਸ਼ਬੀਹ ਦੇ ਰਹੇ ਆ, ਖਿੜੇ ਮੱਥੇ ਨੂੰ, ਖਿੜੇ ਮੁੱਖ ਨੂੰ ਆਪਾਂ ਕਹਿੰਦੇ ਵੀ ਫੁੱਲਾਂ ਤਰ੍ਹਾਂ ਖਿੜਿਆ ਹੋਇਆ, ਅਤੇ ਮੁਰਝਾਏ ਹੋਏ ਫੁੱਲ ਨੂੰ ਕਹਿੰਦੇ ਆ ਵੀ ਮੁਰਝਾਏ ਹੋਏ ਚਿਹਰੇ। ਜਿਹੜੇ ਬੰਦੇ 'ਤੇ ਕੋਈ ਸੋਗ ਆਇਆ ਹੋਵੇ, ਕੋਈ ਅਫਸੋਸ ਆਇਆ ਹੋਵੇ, ਕੋਈ ਦੁੱਖ ਦੀ ਘੜੀ ਆਈ, ਉਹਦਾ ਚਿਹਰਾ ਮੁਰਝਾ ਜਾਂਦਾ। ਇੱਦਾਂ ਇਹ ਫੁੱਲ ਸੋਕਾ ਤੁਰ ਹੋ ਗਿਆ ਅਤੇ ਥੋੜ੍ਹੇ ਚਿਰ ਨੂੰ ਮੁਰਝਾ ਜਾਏਗਾ। ਕਾਰਜ ਕਹਾਂ ਸਰਿਓ ਇਸ ਤੋਰੇ, ਮਹਾਰਾਜ ਕਹਿੰਦੇ ਇਹਨੂੰ ਤੋੜ ਕੇ ਕਿਸੇ ਨੂੰ ਕੀ ਮਿਲਿਆ ਹੈ।
ਕੀ ਸਰ ਗਿਆ ਇਹਨੂੰ ਤੋੜਨ ਨਾਲ ਕੀ ਫਾਇਦਾ ਹੋਇਆ ਹੈ? ਧਰਨੀ ਪਰਿਓ ਪਹੀ ਤੁਤ ਹੋਰੇ, ਵਿਚਾਰਾ ਧਰਤੀ ਤੇ ਡਿੱਗਾ ਤੇ ਇਹਦੀ ਦੁੱਤੀ ਜਿਹੜੀ ਸੋਭਾ ਹੋਰ ਦੀ ਹੋਰ ਹੁੰਦੀ ਜਾ ਰਹੀ, ਕੁਮਲਾਈ ਜਾਂਦਾ, ਮਿੰਟ ਮਿੰਟ ਕੁਮਲਾ ਰਿਹਾ ਹੈ। ਇਮ ਸਤਿਗੁਰ ਕਹਿ ਬਹੁਤ ਸਵੇਰੇ, ਇਸ ਤਰ੍ਹਾਂ ਗੁਰੂ ਸਾਹਿਬ ਬਹੁਤ ਵਾਰ ਵਾਰ ਕਹਿੰਦੇ, ਫੁੱਲ ਬੜਾ ਸੋਹਣਾ ਸੀ, ਕਿਸੇ ਨੇ ਤੋੜ ਦਿੱਤਾ ਹੈ, ਚੰਗਾ ਨਹੀਂ ਕੀਤਾ ਕਹਿੰਦੇ। ਹਾਂਜੀ, ਪੂਜਨ ਹੇਤ ਨਰਨ ਮੁਖ ਹੇਰੇ, ਤੇ ਜਿੰਨੇ ਉੱਥੇ ਨਾਲ ਸੇਵਾਦਾਰ ਸੀਗੇ, ਜਿੰਨੇ ਸਿੱਖ ਸੀ, ਜਿੰਨੇ ਲੋਕ ਸੀ, ਸਾਰਿਆਂ ਦੇ ਚਿਹਰੇ ਵੱਲ ਮਹਾਰਾਜ ਪੁੱਛਣ ਵਾਸਤੇ ਦੇਖ ਰਹੇ ਆ ਵੀ ਕਿਸੇ ਨੂੰ ਪਤਾ ਵੀ ਕਿਹਨੇ ਤੋੜਿਆ, ਕਿਹਨੇ ਤੋੜਿਆ, ਏਦਾਂ ਦੇਖ ਰਹੇ ਆ ਵੀ ਪਤਾ ਲੱਗੇ ਕੋਈ ਮੰਨੇ ਵੀ ਮੈਂ ਤੋੜਿਆ ਹੈ। ਹਾਂਜੀ, ਫਤਿਹ ਸੰਗ ਸੋ ਕਿਨ ਹੋ ਨਾ ਜਾਣਾ, ਕਹਿੰਦੇ ਨਾਲ ਦੇ ਨੂੰ ਪਤਾ ਨਹੀਂ ਸੀ ਕਿ ਕਿਵੇਂ ਟੁੱਟਾ ਹੈ, ਟੁੱਟਣ ਕਾਰਨ ਨਹੀਂ ਬਖਾਨਾ, ਕੋਈ ਬੋਲਿਆ ਨਹੀਂ, ਜਬ ਸਭ ਹਨ ਮੁਖ ਤੂਸ਼ਣ ਠਾਨੇ, ਜਦੋਂ ਸਾਰੇ ਚੁੱਪ ਕਰਕੇ ਦੇਖਦੇ ਰਹੇ, ਸ਼੍ਰੀ ਹਰਿ ਰਾਏ ਦਾਸ ਤਿੰਨ ਜਾਣੇ, ਤਾਂ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਦੇ ਜਿਹੜੇ ਸੇਵਾਦਾਰ ਸੀ ਨਾ, ਜਿਹੜੇ ਉਹਨਾਂ ਦੇ ਗੜਬਾਈ ਸੀ, ਉਹਨਾਂ ਨੂੰ ਪਤਾ ਸੀ, ਹਾਥ ਜੋਰ ਸਭ ਹੇਤ ਸੁਣਾਏ, ਉਹਨਾਂ ਨੇ ਸ਼੍ਰੀ ਹਰਿ ਰਾਏ ਸਾਹਿਬ ਦੇ ਗੜਬਾਈਆਂ ਨੇ, ਸੇਵਾਦਾਰਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸ਼੍ਰੀ ਹਰਿ ਰਾਏ ਚਲਤ ਉਤਲਾਏ, ਮਹਾਰਾਜ ਜੀ ਜਦੋਂ ਸ਼੍ਰੀ ਹਰਿ ਰਾਏ ਜੀ ਮਹਾਰਾਜ ਆਏ ਨੇ ਤੇ ਉਹ ਬੜੀ ਕਾਹਲੀ ਨਾਲ ਬਾਗ ਵਿੱਚ ਦੌੜ ਕੇ ਗਏ ਨੇ, ਦੀਰਘ ਜਾਮਾ ਅਟਕਿਓ ਜਾਸੋ, ਵੱਡਾ ਚੋਲਾ ਪਾਉਂਦੇ ਨੇ, ਇਸ ਕਰਕੇ ਹਵਾ ਦੇ ਨਾਲ ਫੈਲ ਗਿਆ ਤੇ ਇਸ ਫੁੱਲ ਦੇ ਨਾਲ ਅੜ ਗਿਆ, ਸ਼੍ਰੀ ਹਰਿ ਰਾਏ ਜੀ ਤੇਜ਼ੀ ਨਾਲ ਦੌੜ ਰਹੇ ਸੀ, ਇਸ ਕਰਕੇ ਫੁੱਲ ਟੁੱਟ ਕੇ ਥੱਲੇ ਡਿੱਗ ਪਿਆ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਸੁਣ ਕੇ ਆਪਣੇ ਪੋਤਰੇ ਸ਼੍ਰੀ ਹਰਿ ਰਾਏ ਜੀ ਨੂੰ ਸੁਮਤ ਦੇਣ ਲੱਗੇ ਹਨ, ਜੋ ਦੀਰਘ ਜਾਮਾ ਕਰ ਪਾਵੇ, ਕਹਿੰਦੇ ਜੇ ਜਿਹੜਾ ਵੱਡਾ ਚੋਲਾ ਪਾਉਣਾ ਹੈ ਨਾ, ਜੇ ਚੋਲਾ ਵੱਡਾ ਪਾਈਏ, ਸੰਕੋਚ ਸੰਭਾਲ ਚੱਲਣ ਤੇ, ਫਿਰ ਉਹਨੂੰ ਸੰਭਾਲ ਕੇ ਕਿਉਂ ਨਹੀਂ ਚੱਲਦੇ? ਜੇ ਵੱਡਾ ਚੋਲਾ ਪਾਇਆ, ਕਹਿਣ ਦਾ ਮਤਲਬ ਹੈ ਵੀ ਜ਼ਿੰਮੇਵਾਰੀਆਂ ਤੁਹਾਡੇ 'ਤੇ ਵੱਡੀਆਂ ਹੋਣੀਆਂ ਨੇ ਅਤੇ ਉਹਨਾਂ ਨੂੰ ਸੰਭਾਲਣਾ ਸਿੱਖੋ, ਜੇ ਚੋਲਾ ਵੱਡਾ ਪਾਉਂਦੇ ਹੋ ਤਾਂ ਉਹਨੂੰ ਫਿਰ ਸੰਭਾਲ ਕੇ ਕਿਉਂ ਨਹੀਂ ਚੱਲਦੇ? ਜਿਹੇ ਪਸਰਤ ਗਨ ਬਿਘਨ ਪਰੰਤੇ, ਜਿਹਨੂੰ ਜਿਹਦੇ ਪਸਰਨ ਨਾਲ ਬਿਘਨ ਪੈ ਸਕਦੇ ਨੇ, ਨੁਕਸਾਨ ਹੋ ਸਕਦਾ, ਉਹਨੂੰ ਦਾਇਰੇ ਵਿੱਚ ਰੱਖੋ, ਸੰਕੋਚ ਕੇ ਰੱਖੋ। ਸੁਣੀ ਪਤਾਮੇ ਕੀ ਇਮ ਬਾਣੀ, ਇਹ ਬਚਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਗੁਰੂ ਹਰਿ ਰਾਏ ਸਾਹਿਬ ਜੀ ਨੇ ਸੁਣੇ, ਸ਼੍ਰੀ ਹਰਿ ਰਾਏ ਬੰਦਨਾ ਠਾਣੀ, ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਤੁਰਕ ਤੁਰਤ ਸੰਕੋਚਿਓ ਜਾਮਾ ਕਰ, ਤੇ ਫਛੇਤੀ ਦੇ ਨਾਲ ਆਪਣੇ ਚੋਲੇ ਦੀਆਂ ਸਾਰੀਆਂ ਕਲੀਆਂ ਇਕੱਠੀਆਂ ਕੀਤੀਆਂ, ਕਰਿਓ ਸੰਭਾਰਨ ਪਾਏ ਸੋ ਕਰ ਕੋ, ਤੇ ਉਹਨੂੰ ਆਪਣੇ ਖੱਬੇ ਬਾਂਹ ਦੇ ਉੱਤੇ ਚੋਲੇ ਦਾ ਘੇਰਾ ਰੱਖ ਲਿਆ, ਤਪ ਤੇ ਮੰਨਿਓ ਬਚਨ ਭਲੇ ਹੈ, ਤੇ ਉਸ ਦਿਨ ਤੋਂ ਬਚਨ ਮੰਨਿਆ, ਸਾਰੀ ਉਮਰ ਲਈ ਪ੍ਰਣ ਕਰ ਲਿਆ ਵੀ ਚੋਲਾ ਪਾਉਣਾ ਵੀ 100 ਕਲੀਆਂ ਦਾ ਹੀ, ਛੋਟਾ ਵੀ ਨਹੀਂ ਕਰਨਾ, ਪਰ ਉਹਨੂੰ ਇਕੱਠੇ ਕਰਕੇ ਬਾਂਹ ਤੇ ਰੱਖਣਾ ਹੈ, ਜਬ ਲਓ ਜੇ ਨਾ ਛੋਰ ਚੱਲਿਆ ਹੈ, ਜਦੋਂ ਵੀ ਕਿਤੇ ਤੁਰਦੇ ਸਨ ਮਹਾਰਾਜ, ਭਾਵੇਂ ਦਰਬਾਰ ਵਿੱਚ ਆਉਣ, ਭਾਵੇਂ ਬਾਗ ਵਿੱਚ ਜਾਣ, ਭਾਵੇਂ ਕਿਤੇ, ਚੋਲਾ ਪਹਿਨਦੇ 100 ਕਲੀਆਂ ਦਾ ਸੀ, ਪਰ ਉਹਨੂੰ ਇਕੱਠਾ ਕਰਕੇ ਬਾਂਹ ਦੇ ਉੱਤੇ ਰੱਖ ਛੱਡਦੇ ਸੀ। ਕਈ ਲੋਕਾਂ ਨੂੰ ਸ਼ੰਕਾ ਵੀ ਹੁੰਦਾ ਸੀ ਵੀ ਐਡਾ ਸੋਹਣਾ ਚੋਲਾ ਵੀ ਪਾਉਂਦੇ ਆ, ਉਹਨੂੰ ਇਕੱਠਾ ਕਰਕੇ ਕਿਉਂ ਰੱਖਦੇ ਆ? ਹਾਂਜੀ, 100 ਪਾਲਿਆਂ ਦਾ ਇਹ ਚੋਲਾ ਪਹਿੰਦੇ, 100 ਕਲੀਆਂ ਦਾ, ਚੱਲਣ ਸਮੇਂ ਕਰ ਤੇ ਸੁਖ ਚਾਵੇ, ਕਹਿੰਦੇ ਜਦੋਂ ਚੱਲਦੇ ਸੀਗੇ
ਅਤੇ ਉਸ ਵੇਲੇ ਉਹ ਚੋਲਾ ਜਿਹੜਾ ਸੀ ਇਕੱਠਾ ਕਰਕੇ ਸੰਕੋਚ ਕੇ ਬਾਂਹ ਤੇ ਰੱਖ ਲੈਂਦੇ ਸੀ। ਸਿੱਖ ਪਤਾਮੇ ਕੀ ਨਾ ਬਸਾਰੀ, ਆਪਣੇ ਦਾਦਾ ਗੁਰਦੇਵ ਮਹਾਰਾਜ ਛੇਵੇਂ ਪਾਤਸ਼ਾਹ ਦੀ ਸਿੱਖਿਆ ਭੁਲਾਈ ਨਹੀਂ। ਗੁਰੂ ਹਰਿਰਾਏ ਸਾਹਿਬ ਜੀ ਨੇ ਸ਼੍ਰੀ ਹਰਿਰਾਏ ਪ੍ਰਤਿਗਿਆ ਧਾਰੀ, ਇਹ ਪ੍ਰਤਿਗਿਆ ਕਰ ਲਈ ਵੀ ਜੋ ਮਹਾਰਾਜ ਨੇ ਕਿਹਾ ਉਸ ਅਖੀਰਲੇ ਸਵਾਸਾਂ ਤੱਕ ਮੰਨਣਾ ਹੈ। ਜਿਵੇਂ ਸ਼੍ਰੀ ਨਾਨਕ ਸੇਵਤ ਰਹੇ, ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਅੰਗਦ ਦੇਵ ਜੀ ਸੇਵਾ ਕਰਦੇ ਰਹੇ ਨੇ। ਗੁਰੂ ਅੰਗਦ ਬੜ ਰੁਜ ਦੁੱਖ ਸਹੇ, ਤੇ ਗੁਰੂ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਜਦੋਂ ਗੱਦੀ ਦੇਣ ਲੱਗੇ ਤੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ, ਤੇ ਚਰਨਾਂ ਦੇ ਜਦੋਂ ਮੱਥਾ ਟੇਕਿਆ ਤੇ ਗੁਰੂ ਅੰਗਦ ਦੇਵ ਜੀ ਮੂੰਹ ਤੋਂ ਬਚਨ ਕੀਤਾ, ਕਹਿੰਦੇ ਇਹਨਾਂ ਪੈਰਾਂ ਨੂੰ ਕੋਹੜ ਹੋ ਜਾਵੇ ਜਿਨ੍ਹਾਂ 'ਤੇ ਮਹਾਰਾਜ ਪਰਮੇਸ਼ਰ ਗੁਰੂ ਨਾਨਕ ਸਾਹਿਬ ਮੱਥਾ ਟੇਕ ਰਹੇ ਹਨ। ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਨਾਲ ਹੀ ਅੰਗੂਠਾ ਫੜ ਕੇ ਉੱਥੇ ਰੋਕ ਦਿੱਤਾ, ਚਰਨਾਂ ਦੇ ਉੱਥੇ ਵੇਲੇ ਉਹ ਚੱਲ ਪਿਆ ਸੀ। ਅਤੇ ਉਹ ਸਾਧ ਸੰਗਤ ਜੀ ਲਗਭਗ 6-7 ਸਾਲ ਉਹ ਪੀੜਾ ਹੁੰਦੀ ਰਹੀ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਹ ਆਪਣੀ ਸ਼ਕਤੀ ਦੇ ਨਾਲ ਗੁਰੂ ਅੰਗਦ ਸਾਹਿਬ ਜੀ ਦੇ ਪੈਰ ਠੀਕ ਕਰ ਚਰਨ ਠੀਕ ਕਰ ਦਿੱਤਾ ਸੀਗਾ। ਅਤੇ ਮਹਾਰਾਜ ਸਵੇਰੇ ਉੱਠ ਕੇ ਕਹਿੰਦੇ, ਪੁਰਖਾ ਤੂੰ ਚੰਗਾ ਨਹੀਂ ਕੀਤਾ, ਇਹ ਤਾਂ ਮੈਨੂੰ ਕਰਮ ਦੀ ਸਜ਼ਾ ਸੀ, ਇਹਨਾਂ ਪੈਰਾਂ 'ਤੇ ਪਰਮੇਸ਼ਰ ਨੇ ਮੱਥਾ ਟੇਕਿਆ ਸੀ ਗੁਰੂ ਨਾਨਕ ਸਾਹਿਬ ਨੇ, ਯਾਨੀ ਗੁਰੂ ਦੀ ਨਿਸ਼ਾਨੀ ਸਾਂਭ ਕੇ ਰੱਖੀ ਸੀ ਸੱਤਵੇਂ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਉੱਦਾਂ ਹੀ ਵਚਨ ਮੰਨਿਆ ਗੁਰੂ ਸੱਤਵੇਂ ਪਾਤਸ਼ਾਹ ਇਹ ਆਪਣੇ ਸਤਿਗੁਰਾਂ ਦਾ ਵਚਨ ਮੰਨ ਕੇ ਜਿਹੜਾ ਚੋਲਾ ਸੀ ਉਹ ਬਾਂਹ ਉੱਤੇ ਰੱਖਿਆ ਹੈ। ਸਰਬ ਰੀਤ ਕਰ ਸਮਰੱਥ ਭਏ, ਸਰਬ ਰੀਤ ਨਾਲ ਸਮਰੱਥ ਹੋ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਪਰ ਆਪਣੇ ਸਰੀਰ ਦਾ ਰੋਗ ਨਹੀਂ ਦੂਰ ਕੀਤਾ। ਰੋਜ ਤਨ ਕੋ ਨਾ ਮਿਟਾ ਬਨਕੇ, ਆਪਣੇ ਸਰੀਰ ਦਾ ਉਹ ਕਸ਼ਟ ਅੰਗੂਠੇ ਤੇ ਆਪ ਨਹੀਂ ਮਿਟਾਇਆ। ਤਿਮ ਸ਼੍ਰੀ ਅਮਰਦਾਸ ਤਿਨ ਅੱਗੇ ਫਿਰ ਤੀਸਰੇ ਪਾਤਸ਼ਾਹ ਦੀ ਵੀ ਗੱਲ ਬੜੇ ਕਮਾਲ ਦੀ ਸੁਣਨ ਵਾਲੀ ਹੈ। ਦੁਸ਼ਕ੍ਰਿਤ ਸੇਵਾ ਮਿਹਨਤ ਲਾਗੇ, ਉਹ ਵੀ ਬੜੀ ਕਰੜੀ ਸੇਵਾ ਕਰਦੇ ਰਹੇ ਸਤਿਗੁਰੂ ਅੰਗਦ ਦੇਵ ਜੀ ਦੀ। ਇੱਕ ਸਮੇਂ ਗਹਿ ਤਿਨ ਕੀ ਬਾਹੂ, ਇੱਕ ਦਿਨ ਗੁਰੂ ਅੰਗਦ ਦੇਵ ਜੀ ਬਹੁਤ ਖੁਸ਼ ਹੋਏ ਤੇ ਅਮਰਦਾਸ ਜੀ ਦੀ ਸੱਜੀ ਬਾਂਹ ਨੂੰ ਆਪਣੀ ਖੱਬੀ ਬਾਂਹ ਨਾਲ ਫੜ ਲਿਆ, ਖੱਬੇ ਹੱਥ ਫੜ ਲਿਆ। ਸ਼੍ਰੀ ਅੰਗਦ ਗਮ ਨੇ ਮਗਮਾ, ਏਦਾਂ ਬਾਂਹ ਫੜ ਕੇ ਨਾਲ ਤੋਰ ਲਿਆ ਗੁਰੂ ਅੰਗਦ ਦੇਵ ਜੀ ਨੇ। ਸਹਿਜ ਸੁਭਾਇਕ ਬਾਖ ਕਹੰਤੇ, ਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਦੀ ਜਿਹੜੀ ਸੱਜੀ ਬਾਂਹ ਸੀ ਉਹ ਆਪਣੇ ਖੱਬੇ ਹੱਥ 'ਚ ਫੜੀ ਹੋਈ ਸੀ ਤੇ ਦੋਵੇਂ ਇਕੱਠੇ ਤੁਰੇ ਜਾਂਦੇ ਸਹਿ ਸੁਭਾਵ ਬਚਨ ਕਰ ਰਹੇ ਸੀ। ਆਪਣੇ ਬਰਾਬਰ ਚਲੰਤੇ, ਆਪਣੇ ਬਰਾਬਰ ਲੈ ਕੇ ਤੁਰ ਰਹੇ ਸਨ ਅਮਰਦਾਸ ਜੀ ਨੂੰ, ਕਿਉਂਕਿ ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਇਹ ਅਹਿਸਾਸ ਹੋ ਗਿਆ ਸੀ ਵੀ ਇਹਨਾਂ ਵਿੱਚ ਤੇ ਹੁਣ ਸਾਡੇ 'ਚ ਕੋਈ ਫਰਕ ਰਹਿ ਨਹੀਂ ਗਿਆ ਤੇ ਆਪਣੇ ਬਰਾਬਰ ਲੈ ਕੇ ਤੁਰਦੇ ਸਨ। ਪਰ ਸ਼੍ਰੀ ਅਮਰਦਾਸ ਜੀ ਡਰ ਰਹੇ ਸਨ ਵੀ ਮੈਨੂੰ ਸੱਚੇ ਪਾਤਸ਼ਾਹ ਮਹਾਰਾਜ ਦੇ ਬਰਾਬਰ ਤੁਰਨਾ ਪੈ ਰਿਹਾ ਹੈ। ਸੋ ਅਮਰਦਾਸ ਜੀ ਪੈਰ ਦੇ ਨਾਲ ਥੋੜ੍ਹਾ ਥੋੜ੍ਹਾ ਕਦਮ ਪਿੱਛੇ ਰੱਖਦੇ ਸੀ, ਗੁਰੂ ਸਾਹਿਬ ਤੋਂ ਚਰਨ ਅੱਗੇ ਨਹੀਂ ਸੀ ਕਰਦੇ, ਪਰ ਆਹ ਜਿਹੜੀ ਖੱਬੀ ਬਾਂਹ ਹੈ ਨਾ ਉਹ ਏਦਾਂ ਹਿੱਲ ਗਈ। ਜਬ ਮਗ ਵਿਖੇ ਚਰਨ ਕੋ ਡਾਲਤ, ਜਦੋਂ ਤੁਰਦੇ ਤੇ ਬਾਂਹ ਹਿੱਲ ਕੇ ਅੱਗੇ ਹੋ ਗਈ। ਇੱਕ ਵਾਰ ਭੁਜ ਅਧਕ ਹਿਲਾਈ, ਜ਼ਿਆਦਾ ਹਿੱਲ ਗਈ ਬਾਂਹ ਤੇ ਮਹਾਰਾਜ ਦੇ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਅੱਗੇ ਚਲੀ ਗਈ। ਗੁਰੂ ਅੰਗਦ ਤੇ ਭੀ ਅਗਵਾਈ, ਗੁਰੂ ਅੰਗਦ ਦੇਵ ਜੀ ਤੋਂ ਵੀ ਅੱਗੇ ਹੋ ਗਈ ਬਾਂਹ। ਦੇਖਤ ਦਹਲੇ ਉਰੇ ਦਾ ਹਨੇਰਾ, ਸ੍ਰੀ ਅਮਰਦਾਸ ਜੀ ਦਾ ਮਨ ਡਰ ਗਿਆ, ਭਈ ਅਵਗਿਆ ਇਹੋ ਕਰ ਮੋਰਾ, ਦਿਲ ਦਹਿਲ ਗਿਆ ਕਿ ਮੇਰੇ ਤੋਂ ਭੁੱਲ ਹੋ ਗਈ ਮਹਾਰਾਜ ਨੂੰ, ਗੁਰੂ ਅੰਗਦ ਦੇਵ ਜੀ ਨੂੰ ਮੇਰੀ ਬਾਂਹ ਲੰਘ ਗਈ ਹੈ, ਗੁਰੂ ਤੋਂ ਅੱਗੇ ਚਲੀ ਗਈ ਹੈ,
ਇਹ ਮੇਰੇ ਤੋਂ ਭੁੱਲ ਹੋਈ ਬਹੁਤ ਵੱਡੀ। ਗੁਰ ਅੱਗੇ ਹੋਇਓ ਬਟਹਾਲਾ, ਕਹਿੰਦੇ ਮੈਂ ਗੁਰੂ ਤੋਂ ਵੀ ਅੱਗੇ ਹੋ ਗਿਆ, ਗੁਰੂ ਤੋਂ ਅੱਗੇ ਤਾਂ ਹੋਣਾ ਨਹੀਂ ਚਾਹੀਦਾ। ਉਚਿਤ ਪਿਛਾਰੀ ਰਹਿਬੇ ਵਾਲਾ, ਪਿੱਛੇ ਰਹਿਣਾ ਹੀ ਚੰਗਾ ਹੈ। ਅਬ ਇਸ ਕੋ ਤਿਆਗਨ ਬਨ ਆਵੇ, ਹੁਣ ਇਸ ਬਾਂਹ ਨੂੰ ਤਿਆਗ ਦੇਈਏ, ਬਾਂਹ ਵੱਢ ਕੇ ਸੁੱਟ ਦੇਈਏ। ਛੇਦਨ ਕਰਕੇ ਰਣ ਹੀ ਭਾਵੇ, ਇਹ ਬਾਂਹ ਨੂੰ ਵੱਢ ਕੇ ਕੁਹਾੜੀ ਦੇ ਨਾਲ ਸੁੱਟ ਦਿਆਂਗੇ। ਸ਼੍ਰੀ ਅੰਗਦ ਦਿਸ਼ ਬਹਰ ਵਿਚਾਰੇ, ਫਿਰ ਮਨ ਚ ਸੋਚਿਆ ਅਗਰ ਉਗਰ ਕਰਮ ਪਿਖ ਕੋਪ ਨਾ ਧਾਰੇ, ਜਦੋਂ ਮੈਂ ਬਾਂਹ ਵੱਢਾਂਗਾ ਤੇ ਗੁਰੂ ਸਾਹਿਬ ਨੂੰ ਪਤਾ ਲੱਗੇਗਾ ਵੀ ਇਹਨੇ ਬਾਂਹ ਵੱਢੀ ਹੈ, ਤੇ ਮਹਾਰਾਜ ਮੇਰੇ ਨਾਲ ਨਾਰਾਜ਼ ਹੋਣਗੇ। ਜਾਂ ਤੇ ਨਹਿਸ਼ੇ ਦਿਨ ਸ਼ਬਰੀ ਤੇ, ਇਸ ਕਰਕੇ ਬਾਂਹ ਕੱਟਣੀ ਵੀ ਆਪਣੀ ਵਡਿਆਈ ਦਾ ਕਾਰਨ ਬਣ ਜਾਏਗੀ। ਲੋਕ ਕਹਿਣਗੇ ਵੀ ਦੇਖੋ ਅਮਰਦਾਸ ਨੇ ਆਪਣੇ ਗੁਰੂ ਬਦਲੇ ਆਪਣੀ ਬਾਂਹ ਵੱਢ ਦਿੱਤੀ, ਫਿਰ ਵੀ ਮੇਰੀ ਸੋਭਾ ਹੋਵੇਗੀ, ਮੇਰੇ 'ਚ ਹਉਮੈ ਆਵੇਗੀ, ਨਾਲੇ ਸਤਿਗੁਰੂ ਨਾਰਾਜ਼ ਹੋਣਗੇ। ਇਹਨੂੰ ਬਾਂਹ ਨੂੰ ਕੱਟਣਾ ਨਹੀਂ, ਤਿਆਗਨ ਕਰੋ ਬਾਹ ਨਿਜ ਕੀਤੇ, ਇਸ ਬਾਂਹ ਨੂੰ ਆਪਣੇ ਦਿਲੋਂ ਵਿਸਾਰ ਦਿਆਂਗੇ, ਭਾਵ ਇਹ ਤੋਂ ਕੰਮ ਨਹੀਂ ਲਵਾਂਗੇ। ਹੁਣ ਇਸ ਤੋਂ ਆਪਣਾਪਣ ਛੱਡ ਦਿਆਂਗੇ, ਮੇਰੀ ਬਾਂਹ ਹੈ ਇਹ ਨਹੀਂ ਸੋਚਾਂਗੇ। ਕਾਰਨ ਕਰੋ ਇਸ ਤੇ ਕਬੈ, ਇਸ ਬਾਂਹ ਨਾਲ ਹੁਣ ਕੰਮ ਨਹੀਂ ਕਰਾਂਗੇ ਕੋਈ, ਨਹਿ ਅਬ ਪੋਖਨ ਕਬ ਹੁਣ ਕਰੋ, ਨਾ ਇਹਨੂੰ ਹਿਲਾਵਾਂਗੇ ਨਾ ਇਹਨੂੰ ਕੋਈ ਮਾਲਿਸ਼ ਕਰਾਂਗੇ, ਆਪੇ ਸੁੱਕ ਜਾਏਗੀ ਹੌਲੇ ਹੌਲੇ। ਬਨਹਿ ਸੁਕਾਵਨ ਇਮ ਪਰ ਹਰਾ, ਇਹਨੂੰ ਸੁਕਾ ਕੇ ਖਤਮ ਕਰ ਦਿਆਂਗੇ। ਅਸ ਵਿਚਾਰ ਕਰ ਛਾਤੀ ਲਾਏ, ਇਸ ਤਰ੍ਹਾਂ ਵਿਚਾਰ ਕੇ ਖੱਬੀ ਬਾਂਹ ਗੁਰੂ ਅਮਰਦਾਸ ਜੀ ਨੇ ਇੱਦਾਂ ਆਪਣੀ ਛਾਤੀ ਨਾਲ ਲਾ ਲਈ ਸੀ। ਨਿਸ ਦਿਨ ਰਾਖੀ ਤਹਾਂ ਟਿਕਾਏ, ਤੇ ਉੱਥੇ ਟਿਕਾ ਕੇ ਰੱਖੀ। ਫਿਰ 22 ਸਾਲ ਗੁਰਤਾ ਗੱਦੀ ਤੇ ਰਹੇ ਨੇ, ਉਹ ਬਾਂਹ ਨਹੀਂ ਹਿਲਾਉਂਦੇ ਸੀ, ਉਹ ਇੱਦਾਂ ਹੋ ਗਈ ਸੀ ਜਿਵੇਂ ਕੰਮ ਹੀ ਨਹੀਂ ਕਰਦੀ। ਭਾਈ ਬੱਲੂ ਚੋਲਾ ਪਾਉਂਦਾ ਸੀ ਤੇ ਉਹ ਬਾਂਹ ਉੱਪਰ ਚੱਕ ਕੇ ਆਪ ਪਾਉਂਦਾ ਸੀ ਉਸ ਬਾਂਹ ਦੇ ਵਿੱਚ। ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਉਸ ਬਾਂਹ ਤੋਂ ਮੁੜ ਕੇ ਕੰਮ ਨਹੀਂ ਸੀ ਲਿਆ ਗੁਰੂ ਅਮਰਦਾਸ ਜੀ ਨੇ। ਹਾਂਜੀ, ਬਿਨ ਹਲੇ ਇੱਕ ਥਲ ਜਬ ਰਹੀ, ਕਹਿੰਦੇ ਬਿਨਾਂ ਹੱਲੇ ਜਦੋਂ ਇੱਕ ਥਾਂ ਤੇ ਬਾਂਹ ਰਹੀ, ਕੋਈ ਅੰਗ ਤੁਸੀਂ ਨਾ ਹਿਲਾਓ ਸਰੀਰ ਦਾ, ਤੇ ਉਹ ਫਿਰ ਹੌਲੇ ਹੌਲੇ ਕਮਜ਼ੋਰ ਪੈ ਜਾਂਦਾ, ਸੁੱਕ ਜਾਂਦਾ। ਹਾਂਜੀ, ਸ਼ਸ਼ਕ ਭਈ ਪਨ ਪੋਖੀ ਨਹੀਂ, ਫਿਰ ਉਹ ਤਗੜੀ ਨਹੀਂ ਹੋਈ ਬਾਂਹ, ਮਜ਼ਬੂਤ ਨਹੀਂ ਹੋਈ, ਸੁੱਕ ਗਈ ਹੌਲੇ ਹੌਲੇ। ਇਤਿਆਦਕ ਪ੍ਰਣ ਗੁਰ ਕਰਕੇ, ਇਹ ਗੁਰੂ ਘਰ ਦੀਆਂ ਇੱਦਾਂ ਦੀਆਂ ਖੇਡਾਂ ਹਨ, ਗੁਰੂ ਦੇ ਪਿਆਰ ਵਿੱਚ ਸਿੱਖਾਂ ਦੀ ਇੱਦਾਂ ਦੀਆਂ ਭਾਵਨਾਵਾਂ ਹੁੰਦੀਆਂ। ਸ਼੍ਰੀ ਅਮਰਦਾਸ ਸਾਹਿਬ ਜੀ ਮਹਾਰਾਜ ਦੀ, ਗੁਰੂ ਅੰਗਦ ਦੇਵ ਜੀ ਦੀ ਮਿਸਾਲ ਚੇਤੇ ਕਰਕੇ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਚੋਲਾ ਜਿਹੜਾ ਨਾ, ਉਹ ਸਾਰੀ ਉਮਰ ਆਪਣੀ ਖੱਬੀ ਬਾਂਹ ਦੇ ਉੱਤੇ ਰੱਖਿਆ ਹੈ। ਨਹੀਂ ਨੇਮ ਕਰ ਗਿਰੇ ਪਿਛੇਰੇ, ਔਰ ਨੇਮ ਕਰਕੇ ਫਿਰ ਉਸ ਨੇਮ ਤੋਂ ਪਿੱਛੇ ਨਹੀਂ ਹਟੇ। ਤੇ ਮਹੀ ਪ੍ਰਣ ਧਾਰਿਓ ਹਰਿਰਾਏ, ਗੁਰੂ ਹਰਿਰਾਏ ਸਾਹਿਬ ਜੀ ਨੇ ਉਹ ਪ੍ਰਣ ਪੂਰਾ ਕੀਤਾ। ਸਿੱਖ ਪਿਤਾਮੇ ਤੇ ਜਪ ਪਾਏ, ਸੋ ਇਸ ਤਰ੍ਹਾਂ ਆਪਣੇ ਦਾਦਾ ਜੀ ਤੋਂ ਸਿੱਖਿਆ ਪ੍ਰਾਪਤ ਕੀਤੀ। ਸੋ ਸਾਧ ਸੰਗਤ ਜੀ ਅੱਗੇ ਕਥਾ ਆਪਾਂ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਗੋਬਿੰਦ, ਹੇ ਗੋਪਾਲ।